ਜਿਹੜੇ ਪਾਸੇ ਕੰਨ ਮੈਂ ਲਾਵਾਂ ਚਰਚੇ ਤੇਰੇ ਨੇ ਸੋਨਿਆ ਤੇਰੇ ਓਏ ਕੌਣ ਆਂਦਾ ਕੌਣ ਆਂਦਾ ਸਰਕਾਰ ਦੀ ਨਾਤ ਨਹੀਂ ਪੜਦੇ ਸੁਣ ਫਿਰ ਗੁਨੇਗਾਰਾਂ ਕੋਲੋਂ ਜਿਹੜੇ ਪਾਸੇ ਕੰਨ ਮੈਂ ਲਾਵਾਂ ਚਰਚੇ ਤੇਰੇ ਨੇ ਸੋਨਿਆ ਤੇਰੇ ਨੇ ਤੇਰੀ ਸ਼ਾਨ ਤੋਂ ਸੱਦ ਕੇ ਮੈਂ ਜਾਵਾਂ ਬੋਲੋ ਬੋਲੋ ਸਾਰੇ ਬੋਲੋ ਤੇਰੀ ਸ਼ਾਨ ਤੋਂ ਸੱਦ ਕੇ ਮੈਂ ਜਾਵਾਂ ਚਰਚੇ ਤੇਰੇ ਨੇ ਸੋਨਿਆ ਤੇਰੇ ਨੇ ਅਸੀਂ ਅੰਦਰ ਹਾਲ ਚ ਆਇਆ ਮੇਰੇ ਯਾਰ ਉਸਮਾਨ ਸਾਜਨ ਸਾਹਿਬ ਵੀ ਸਰਕਾਰ ਦੀ ਸ਼ਾਨ ਹੀ ਸੁਣਾ ਰਹੇ ਸੀ ਅਬਦੁੱਲਾ ਮੁਜਾਹਿਦ ਸਾਹਿਬ ਵੀ ਓਏ ਮੈਂ ਵੀ ਹਿੱਸਾ ਪਾ ਦਿਆਂ ਜਿਹੜੇ ਪਾਸੇ ਕੰਨ ਮੈਂ ਲਾਵਾਂ ਚਰਚੇ ਤੇਰੇ ਨੇ ਸੋਨਿਆ ਤੇਰੇ ਨੇ ਮੱਕੇ ਵਿੱਚ ਵੇਖਿਆ ਮਦੀਨੇ ਵਿੱਚ ਵੇਖਿਆ ਅਸਾਂ ਤੈਨੂੰ ਮੋਮਨਾ ਦੇ ਸੀਨੇ ਵਿੱਚ ਵੇਖਿਆ ਮੱਕੇ ਵਿੱਚ ਵੇਖਿਆ ਮਦੀਨੇ ਵਿੱਚ ਵੇਖਿਆ ਅਸਾਂ ਤੈਨੂੰ ਮੋਮਨਾ ਦੇ ਸੀਨੇ ਵਿੱਚ ਵੇਖਿਆ ਜਿੱਥੋਂ ਲੰਘ ਜਾਵੇ ਜਿੱਥੋਂ 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 ਲੰਘ ਜਾਵੇ ਜਿੱਥੋਂ ਲੰਘ ਜਾਵੇ ਮਹਿਕਣ ਥਾਵਾਂ ਕਵੋ ਸੁਭਾਨ ਅੱਲਾਹ ਜਿੱਥੋਂ ਲੰਘ ਜਾਵੇ ਜਿੱਥ ਅਜ਼ਮਤ ਮੁਸਤਫਾ ਸ਼ਾਨ ਮੁਸਤਫਾ ਮੁਕਾਮ ਮੁਸਤਫਾ ਉਲਮਾਇਆ ਨੇ ਹਦੀਸ ਜਿੱਥੋਂ ਲੰਘ ਜਾਵੇ ਜਿੱਥੋਂ 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 ਲੰਘ ਜਾਵੇ ਉਮੇ ਮਾਬਦ ਨੇ ਆ ਕਿਹਾ ਸੀ ਆਈ ਨੂੰ ਗਏ ਨੇ ਖੁਸ਼ਬੂਆਂ ਦੀਆਂ ਪਈਆਂ ਜਿੱਥੋਂ ਲੰਘ ਜਾਵੇ ਮਹਿਕਣ ਥਾਵਾਂ ਫਿਰ ਕਵੋ ਸੁਭਾਨ ਅੱਲਾਹ ਜਿੱਥੋਂ ਲੰਘ ਜਾਵੇ ਮਹਿਕਣ ਥਾਵਾਂ ਚਰਚੇ ਤੇਰੇ ਨੇ ਸੋਨਿਆ ਤੇਰੇ ਨੇ ਤੇਰੀ ਸ਼ਾਨ ਤੋਂ ਸੱਦ ਕੇ ਮੈਂ ਜਾਵਾਂ ਚਰਚੇ ਬੋਲੋ ਮੇਰੇ ਨਾਲ ਤੇਰੀ ਹਿੱਸਾ ਪਾ ਲਓ ਤੇਰੀ ਸ਼ਾਨ ਤੋਂ ਸੱਦ ਕੇ ਮੈਂ ਜਾਵਾਂ ਚਰਚੇ ਤੇਰੇ ਨੇ ਸੋਨਿਆ ਤੇਰੇ ਨੇ ਗਾਰਾਂ ਵਿੱਚ ਵੇਖਿਆ ਤੇ ਯਾਰਾਂ ਵਿੱਚ ਵੇਖਿਆ ਅਸਾਂ ਤੈਨੂੰ ਫੁੱਲਾਂ ਦੀ ਬਹਾਰਾਂ ਵਿੱਚ ਵੇਖਿਆ ਗਾਰਾਂ ਵਿੱਚ ਵੇਖਿਆ ਤੇ ਯਾਰਾਂ ਵਿੱਚ ਹਰੀ ਮੁਹੰਮਦ ਹਾਰੂਨ ਯਾਸਰ ਬਗਵੀ ਸਾਹਿਬ ਤਸ਼ਰੀਫ ਲਾ ਚੁੱਕੇ ਹੈ ਜੋ ਮੇਰੇ ਭਾਈ ਬਜ਼ੁਰਗ ਅਭੀ ਤੱਕ ਮਸਜਿਦ ਮੇ ਨਹੀਂ ਪਹੁੰਚੇ ਉਨਸੇ ਦਰਖਾਸਤ ਹੈ ਕਿ ਵੋ ਜਲਦ ਅਜ ਜਲਦ ਮਸਜਿਦ ਮੇ ਤਸ਼ਰੀਫ ਲੈ ਆਏ ਕਾਰੀ ਸਾਹਿਬ ਕਾ ਬਿਆਨ ਸ਼ੁਰੂ ਹੋਣੇ ਵਾਲਾ ਹੈ ਅਸਲਾਮੁ ਅਲੈਕੁਮ ਵਰਹਮਤੁਲਾਹਿ ਵਬਰਕਾਤੁਹੁ ਅਲਹਮਦੁਲਿਲਾਹਿ ਵਕਫਾ ਵਸਲਾਤੁ ਵਸਲਾਮੁ ਅਲਾ
سید الانبیاء اللهم صل على محمد وعلى آل محمد وبارك وسلم وصل عليه أعوذ بالله من الشيطان الرجيم بسم الله الرحمن الرحيم إن أول بيت وضع للناس للذي ببكة مباركا وهدى للعالمين چلو چلیے مکے تے مدینے جتھے رحمتاں دی برسات ہوئے چلو چلیے مکے تے مدینے جتھے رحمتاں دی برسات ہوئے اوتھے روزائے سونے محمد دام اچھی سب نالوں جندی گل بات ہوئے سارے نبیان دا سردار اوتھے اے ساری امت دا غم خار اوتھے جا کے کرن زیارت تو ہوئی چنگی جنا دل کی بارات ہوئے ابو بکر عمر نے نال سوتے اوے ابو بکر عمر نے نال سوتے لے کے پیار پالو پال سوتے جیڑا حسد اینا نال کردا اے اون دی کدی نہ سجن نہ جات ہوے اوتھے جاندے قسمتاں والے نے اوتھے جاندے قسمتاں والے نے پاویں گورے نے پاویں کالے نے
ਹਰ ਵਕਤ ਤਵਾਫ ਪੈ ਕਰਦੇ ਨੇ, ਭਾਵੇਂ ਦਿਨ ਹੋਵੇ ਯਾ ਰਾਤ ਹੋਵੇ। ਅੱਲਾਹ ਤਾਲਾ ਦੀ ਹਮਦੋ ਸਨਾ ਤੋਂ ਬਾਅਦ ਇੱਥੇ ਬਾਤ ਠੀਕ। ਬੇਸ਼ੁਮਾਰ ਲਾ ਤਾਦਾ ਦਰੂਦੋ ਸਲਾਮ ਇਮਾਮੇ ਕਾਇਨਾਤ ਹਜ਼ਰਤ ਮੁਹੰਮਦ ਰਸੂਲੁੱਲਾਹ, ਜਿੰਨਾ ਮਜਮੈ ਨ ਓਨੀ ਦਰੂਦੇ ਪਾਕ ਦੀ ਓਨੀ ਆਵਾਜ਼ ਨਹੀਂ ਆਈ। ਸਾਰੇ ਪੜ੍ਹ ਲਓ ਤੇ ਪਿਆਰ ਨਾਲ ਪੜ੍ਹ ਲਓ ਤਾਂ ਕਿ ਆਸਮਾਨ ਵਾਲਾ ਰੱਬ ਵੀ ਰਾਜ਼ੀ ਹੋ ਜਾਏ, ਮਦੀਨੇ ਵਾਲਾ ਮੁਸਤਫਾ ਵੀ ਰਾਜ਼ੀ ਹੋ ਜਾਏ। ਇੱਕ ਅੱਲਾ ਵਾਲੇ ਕੋਲੋਂ ਨਾ ਕਿਸੇ ਬੰਦੇ ਨੇ ਪੁੱਛਿਆ, ਹਜ਼ਰਤ ਤੁਹਾਡੀ ਕਾਮਯਾਬੀ ਦਾ ਕੁਛ ਰਾਜ਼ ਤੇ ਦੱਸੋ। ਵੇਂਦਿਆਂ ਵੇਂਦਿਆਂ ਲਹਿਰਾਂ ਪੈਰਾਂ ਖੁਸ਼ਹਾਲੀਆਂ, ਵੇਂਦਿਆਂ ਵੇਂਦਿਆਂ ਦਿਨ ਬਦਲ ਗਏ ਨੇ, ਹਾਲਾਤ ਬਦਲ ਗਏ ਨੇ, ਇਹਦੇ ਪਿੱਛੇ ਰਾਜ਼ ਕੀ ਹੈ? ਅੱਲਾ ਵਾਲਾ ਆਂਦਾ ਇਹਦੇ ਪਿੱਛੇ ਰਾਜ਼ ਇਹ ਆ, ਜਿਹੜੀ ਸ਼ੈ ਦੀ ਮੈਨੂੰ ਲੋੜ ਪੈਂਦੀ ਏ ਮੈਂ ਉਹ ਸ਼ੈ ਜ਼ਿਹਨ 'ਚ ਰੱਖ ਕੇ ਤੇ ਸੋਹਣੇ ਪੈਗੰਬਰ ਤੇ ਦਰੂਦੇ ਪਾਕ ਪੜ੍ਹਨ ਲੱਗ ਪੈਂਦਾ ਵਾਂ। ਮੈਨੂੰ ਉਹ ਸ਼ੈ ਫਿਰ ਮੰਗਣ ਦੀ ਵੀ ਲੋੜ ਨਹੀਂ ਪੈਂਦੀ, ਮੇਰਾ ਸੋਨਾ ਲਾ ਦਰੂਦ ਦੀ ਬਰਕਤ ਨਾਲ ਮੈਨੂੰ ਉਹ ਸ਼ੈ ਆਪੇ ਹੀ ਅਤਾ ਕਰ ਦਿੰਦਾ। ਤੁਹਾਨੂੰ ਜਿੱਡੀ ਵੀ ਕੋਈ ਮੁਸ਼ਕਲ ਹੋਏ ਨਾ ਤੇ ਤੁਹਾਨੂੰ ਇਹ ਸਾਰਿਆਂ ਨੂੰ ਪਤਾ, ਮੁਸ਼ਕਲ ਜਿੱਡੀ ਵੱਡੀ ਹੋਏ ਜਿੱਡੀ ਮਰਜ਼ੀ ਵੱਡੀ ਹੋਏ ਆਖਰ ਤੇ ਮੁਸ਼ਕਲਾਂ ਦੂਰ ਕਰਨ ਵਾਲਾ ਤੇ ਸਭ ਤੋਂ ਵੱਡਾ ਹੈ ਨਾ। ਇੱਕ ਅੱਲਾ ਵਾਲੇ ਕੋਲੋਂ ਕਿਸੇ ਨੇ ਆਖਿਆ, ਹਜ਼ਰਤ 25-26 ਸਾਲ ਲੰਘ ਗਏ ਨੇ ਅਦਾਲਤਾਂ 'ਚ ਧੱਕੇ ਖਾਂਦਾ ਪਿਆ, ਕੋਈ ਮੇਰਾ ਮਾਮਲਾ ਕੇਸ ਨਹੀਂ ਪਿਆ ਨਿਬੜਦਾ। ਅੱਲਾ ਵਾਲਾ ਆਂਦਾ ਜਦੋਂ ਹੋਣ ਜਾਏ ਨਾ ਅਦਾਲਤ 'ਚ ਜੱਜ ਦੇ ਸਾਹਮਣੇ ਜਾ ਕੇ ਨਾ ਘਰੋਂ ਜਾਂਦਿਆਂ ਹੀ ਦਰੂਦੇ ਪਾਕ ਪੜ੍ਹਨ ਲੱਗ ਪਈ, ਜਦੋਂ ਜੱਜ ਦੇ ਕੋਲ ਜਾਏ ਨਾ ਤੇ ਉਹਨੂੰ ਦਰੂਦੇ ਪਾਕ ਪੜ੍ਹਦਿਆਂ ਪੜ੍ਹਦੇ ਫੂਕ ਮਾਰਦੀ, ਅੱਲਾ ਸਾਰੇ ਕੰਮ ਹੀ ਸਿੱਧੇ ਫਰਮਾ ਦੇਵੇਗਾ। ਕਾਸ਼ ਕਿ ਤੈਨੂੰ ਪਤਾ ਲੱਗ ਜਾਏ ਸੋਨੇ ਤੇ ਦਰੂਦ ਪਾਕ ਪੜ੍ਹਨ ਦੀ ਫਜ਼ੀਲਤ। ਅੱਲਾ ਜਾਣਦਾ ਮੈਂ ਜਿਸ ਟਾਈਮ ਨਾਲ ਤਵਾਫ ਕਰ ਰਿਹਾ ਸੀ ਨਾ ਤੇ ਇੱਕ ਜ਼ਿਹਨ 'ਚ ਮੇਰੇ ਗੱਲ ਆ ਗਈ, ਜਿਸ ਗੱਲ ਨੇ ਮੇਰੇ ਦਿਲ ਨੂੰ ਹਲਾ ਦਿੱਤਾ, ਤਸੱਲੀ ਵੀ ਮਿਲ ਗਈ। ਮੈਂ ਆਖਿਆ ਅੱਲਾ ਤੁਹਾਡੇ ਨਬੀ ਆਖੇ ਤਵਾਫ ਜਿਹੜਾ ਬੰਦਾ ਕਰਦੇ ਨਾ 70 ਰਹਿਮਤ ਨਾਜ਼ਲ ਹੁੰਦੀ ਉਹਦੇ ਵਾਸਤੇ, 70 ਤਾਂ ਮੇਰੀ ਰਹਿਮਤ ਤੁਸਾਂ ਇਹ ਨਾਜ਼ਲ ਕਰਨੀ
ਜਿਹੜਾ ਅੱਲਾ ਜੀ ਮੈਨੂੰ ਤੁਸੀਂ ਆਪਦੇ ਘਰ ਦਾ ਤਵਾਫ ਕਰਾ ਰਹੇ ਜੀ, ਮੈਂ ਨਾਲ ਸੋਨੇ ਤੇ ਤਵਾਫ ਦੇ ਦੌਰਾਨ ਵੀ ਅੱਲਾ ਮੇਰੇ ਕੋਲੋਂ ਆਪਦੇ ਯਾਰ ਤੇ ਦਰੂਦ ਹੀ ਪੜ੍ਹਾਈ ਗਿਆ ਹੈ। ਜੋ ਮੈਨੂੰ ਅੱਲਾ ਕੋਲੋਂ ਸ਼ਾਇਦ ਚਾਹੀਦੀ ਸੀ ਨਾ, ਮਮੀ ਜ਼ਿਹਨ ਚ ਰੱਖ ਕੇ ਨਾਲੇ ਮੈਂ ਬੈਤੁੱਲਾ ਵਾਲੇ ਵੇਖਦਾ ਸਾਂ, ਨਾਲੇ ਮੈਂ ਉਹਦੇ ਯਾਰ ਤੇ ਦਰੂਦ ਪੜ੍ਹਦਾ ਸਾਂ। ਕਹੋ ਸੁਭਾਨ ਅੱਲਾ। ਉਹ ਕਾਫਲਿਆਂ ਦੇ ਕਾਫਲੇ ਆ, ਤੁਹਾਨੂੰ ਪਤਾ ਨਾ, ਆਉਂਦੇ ਨੇ ਉਹ ਗਰੋਹਾਂ ਦੇ ਗਰੋਹ, ਫਿਰ ਉਹ ਕਿਤਾਬਾਂ ਖੋਲ ਕੇ ਦੁਆਵਾਂ ਪੜ੍ਹਦੇ ਨੇ, ਪੜ੍ਹਨੀਆਂ ਚਾਹੀਦੀਆਂ ਨੇ। ਲੇਕਿਨ ਮੈਨੂੰ ਨਾ ਇਹ ਗੱਲ ਯਾਦ ਸੀ, ਮੈਂ ਤਵਾਫ ਵੀ ਕਰ ਰਿਹਾ ਸੀ, ਮੈਂ ਕਿਹਾ ਵੀ ਜੋ ਕੁਛ ਮੈਨੂੰ ਚਾਹੀਦਾ ਹੈ ਨਾ, ਅੱਲਾ ਪਾਕ ਨੂੰ ਪਤਾ ਹੈ, ਜਿਹੜੀ ਸ਼ਾਇਦ ਦੀ ਮੈਨੂੰ ਪਰੇਸ਼ਾਨੀ ਮੇਰੇ ਅੱਲਾ ਨੂੰ ਉਹ ਵੀ ਪਤਾ। ਮੈਂ ਉਹ ਸਾਰਾ ਜਿਹੜਾ ਸਾਰਾ ਸੀਰ ਸਾਹਮਣੇ ਲਿਆ ਕੇ ਨਾ, ਮੈਂ ਤਵਾਫ ਦੇ ਦੌਰਾਨ ਵੀ ਉਹਦੇ ਯਾਰ ਤੇ ਬੈਤੁੱਲਾ ਤੇ ਵੀ ਦਰੂਦ ਹੀ ਪੜ੍ਹਦਾ ਰਿਹਾ ਵਾਂ। ਔਰ ਅੱਲਾ ਦੀ ਗੈਰਤ ਦੀ ਕਸਮ, ਜਿਹੜਾ ਬੰਦਾ ਦਰੂਦ ਪਾਕ ਪੜ੍ਹਨਾ ਆਪਣਾ ਮਾਮੂਲ ਬਣਾ ਲੈਂਦੇ, ਉਹਨੂੰ ਦੁਨੀਆ ਦੀ ਕੋਈ ਤਾਕਤ ਸ਼ਿਕਸਤ ਨਹੀਂ ਦੇ ਸਕਦੀ। ਕੋਈ ਬੰਦਾ ਵੀ ਕਿਸੇ ਪਰੇਸ਼ਾਨੀ ਚ ਮੁਬਤਲਾ ਹੈ, ਹੁਣ ਤੋਂ ਇੱਥੋਂ ਬੈਠੇ ਸ਼ੁਰੂ ਕਰ ਦਿਓ, ਪੜ੍ਹੀ ਜਾਓ, ਬਾਰ ਬਾਰ ਪੜ੍ਹੀ ਜਾਓ, ਪੜ੍ਹੀ ਜਾਓ, ਆਪੇ ਦੇਖਣਾ ਕਿ ਰਹਿਮਤ ਦਾ ਨਜ਼ੂਲ ਕਿਵੇਂ ਹੁੰਦਾ ਹੈ। ਬੜੀ ਤਵੱਜੋ ਨਾਲ, ਬੜੇ ਧਿਆਨ ਨਾਲ ਤੁਸਾਂ ਮੇਰੇ ਵੱਲੇ ਵੇਖਣੇ, ਮੈਂ ਤੁਹਾਡੇ ਸੋਹਣੇ ਚਿਹਰਿਆਂ ਵੱਲੇ ਤੱਕਣਾ, ਉੱਤੋਂ ਆਵਾਜ਼ ਆਏਗੀ ਮੇਰੀ ਉਤਰਦੀ ਹੋਈ ਰਹਿਮਤ ਵੱਲੇ ਵੇਖੋ। ਇਹ ਤਾਰਾਗੜ, ਇਹ ਜਿਹੜੀ ਮਸਜਿਦ ਹੈ ਨਾ, ਇਹ ਮੇਰਾ ਆਪਣਾ ਹੀ ਮਸਜਿਦ ਹੈ, ਮੇਰਾ ਆਪਣਾ ਘਰ ਹੈ। ਤੁਹਾਡੇ ਭਰਾਵਾਂ ਦਾ ਪਿਆਰ ਹੈ, ਮੁਹੱਬਤ ਹੈ, ਅੱਲਾ ਨੂੰ ਕਿਆਮਤ ਤੱਕ ਇਸ ਮਸਜਿਦ ਨੂੰ ਆਬਾਦ ਰੱਖੀ। ਜਿੰਨੇ ਵੀ ਇਸ ਮਸਜਿਦ ਦੇ ਨਮਾਜ਼ੀ ਫੌਤ ਹੋਏ ਨੇ, ਕਬਰਾਂ ਹੱਦ ਨਿਗਾਹ ਵਸੀ ਫਰਮਾ ਦੇ। ਜਿੰਨੇ ਵੀ ਨਮਾਜ਼ੀ ਇਸ ਟਾਈਮ ਬਿਮਾਰ ਨੇ ਨਾ, ਚਾਹੇ ਕੋਈ ਮਰਦ ਦੇ, ਔਰਤ ਦੇ, ਬੱਚਾ, ਜਵਾਨ, ਅੱਲਾ ਦੀ ਸ਼ਿਫਾ ਅਤਾ ਫਰਮਾ ਦੇ। ਇਹ ਜਿਹੜੇ ਬਜ਼ੁਰਗ ਬੈਠੇ ਹੋਏ ਨੇ, ਅੱਲਾ ਇਹਨਾਂ ਨੂੰ ਤਾ ਦੇਰ ਇਹਨਾਂ ਦਾ ਸਾਇਆ ਸਾਰੇ ਪਿੰਡ ਤੇ ਕੈਮ ਤੇ ਦੈਮ ਰੱਖੀ। ਇਹਨਾਂ ਬਾਬਿਆਂ ਨਾਲ ਤੇ ਬਹਾਰਾਂ ਨੇ, ਇਹਨਾਂ ਬਾਬਿਆਂ ਨਾਲ ਤੇ ਰੌਣਕਾਂ ਨੇ, ਔਰ ਇਹਨਾਂ ਬਜ਼ੁਰਗਾਂ ਦੀ ਵਜ੍ਹਾ ਕਰ ਅੱਲਾ ਸਾਰੇ ਪਿੰਡ ਦੇ ਹਾਲ ਤੇ ਰਹਿਮ ਫਰਮਾ ਦਿੰਦਾ। ਹੁਣ ਜੋ ਮੈਂ ਦੱਸਣਾ ਚਾਹੁੰਦਾ, ਤੁਸੀਂ ਬੜੇ ਧਿਆਨ ਨਾਲ ਅੱਲਾ ਦੇ ਰਸੂਲ ਦੀ ਗੱਲ ਸੁਣਨੀ। ਇਹ ਜਿਹੜੇ ਮੇਰੇ ਯਾਰਾਂ ਪ੍ਰੋਗਰਾਮ ਬਣਾਏ, ਅੱਲਾ ਇਹਨਾਂ ਮੇਰੇ ਵੀਰਾਂ ਦੇ ਕਾਰੋਬਾਰ 'ਚ ਬਰਕਤ ਪਾ ਦੇ, ਉੱਚੀ ਆਮੀਨ ਆਖੋ। ਔਰ ਜਿੰਨੇ ਮੇਰੇ ਯਾਰ ਹਾਜੀ ਅਬਦੁਲ ਸਮੀਰ ਸਾਹਿਬ, ਹਾਜੀ ਸਾਹਿਬ ਆ, ਜਿੰਨੇ ਤੁਸੀਂ ਬੈਠੇ ਹੋ, ਮੈਨੂੰ ਸਾਰਿਆਂ ਦੇ ਨਾਮ ਵੈਸੇ ਨਹੀਂ ਯਾਦ ਨਹੀਂ, ਜਿੰਨੇ ਹਾਜੀ ਸਾਹਿਬ ਤੁਸੀਂ ਬੈਠੇ ਹੋ ਨਾ, ਅੱਲਾ ਤੁਹਾਡੇ ਰਿਜ਼ਕੇ ਹਲਾਲ 'ਚ ਬਰਕਤ ਪਾ ਦੇ। ਅੱਲਾ ਦੀ ਜ਼ਮੀਨ 'ਤੇ ਨਾ ਇੱਕ ਐਸੀ ਜਗ੍ਹਾ ਜਿੰਦਾ ਮੈਂ ਤਦਕਰਾ ਕਰਨਾ ਜਾਣਨਾ, ਕਵੋ ਸੁਭਾਨ ਅੱਲਾ। ਇਨਸ਼ਾਅੱਲਾ ਮੈਨੂੰ ਉਮੀਦ ਹੈਗੀ ਕਿ ਤੁਸੀਂ ਅੱਜ ਮੇਰੀਆਂ ਜਟਕੀਆਂ ਗੱਲਾਂ ਸੁਣ ਕੇ ਨਾ, ਜ਼ਰੂਰ ਇੱਥੇ ਬੈਠੇ ਬੈਠੇ ਆਪਣੀ ਮੱਝ ਗਾਂ ਵੇਚ ਕੇ ਨਾ ਅਤੇ ਮੱਕੇ ਜਾਣ ਦਾ ਜ਼ਿਹਨ ਬਣਾਓਗੇ।
ਤੁਸੀਂ ਇਨਸ਼ਾਅੱਲਾ ਜ਼ਰੂਰ ਜਾਣਦਾ ਨਾ, ਹੁਣੇ ਬੈਠਿਆਂ ਬੈਠੇ ਨਾ ਇਰਾਦਾ ਕਰੋਗੇ ਮੱਕੇ ਮਦੀਨੇ ਜਾਣ ਲਈ। ਅੱਲਾ ਮੇਰੀ ਦੁਆ ਏ ਜਿਨ੍ਹਾਂ ਕੋਲ ਪੈਸੇ ਹਨ ਉਹਨਾਂ ਨੂੰ ਵੀ ਲੈ ਜਾ, ਜਿਨ੍ਹਾਂ ਕੋਲ ਨਹੀਂ ਪੈਸੇ ਉਹਨਾਂ ਨੂੰ ਵੀ ਲੈ ਜਾ। ਅੱਲਾ ਦੀ ਜ਼ਮੀਨ 'ਤੇ ਨਾ ਇੱਕ ਜਗ੍ਹਾ ਜਿਹਨੂੰ ਮੱਕਾ ਆਖਿਆ ਜਾਂਦਾ, ਕਹੋ ਸੁਭਾਨ ਅੱਲਾ। ਇੱਕ ਮੈਂ ਤੁਹਾਨੂੰ ਗੱਲ ਇੱਥੇ ਹੋਰ ਵੀ ਦੱਸਾਂ ਗੱਲ, ਭਾਵੇਂ ਕਿਸੇ ਦੀ ਜੇਬ 'ਚ ਇੱਥੋਂ ਖੁੜੀਆਂ ਜਾਣ ਲਈ ਕਿਰਾਇਆ ਨਾ ਨਾ ਹੋਵੇ, ਖੁੜੀਆਂ 'ਤੇ ਕਸੂਰ ਜਾਣ ਲਈ ਉਹ ਵੀ ਕਲਪਦਾ ਕਿ ਅੱਲਾ ਕਦੀ ਮੈਨੂੰ ਆਪਦਾ ਘਰ ਵਿਖਾਏਗਾ ਹੀ ਨਾ। ਇਹ ਤੁਹਾਨੂੰ ਪਤਾ ਉਲਮਾ ਇਕਰਾਮ ਤਸ਼ਰੀਫ ਫਰਮਾ ਨੇ, ਇਹ ਤੁਹਾਨੂੰ ਪਤਾ ਕਿ ਅਸੀਂ ਕਲਪਨੇ ਕਿਉਂ। ਇੱਕ ਮੇਰੇ ਕੋਲ ਬੰਦਾ ਆ ਗਿਆ, ਇਹ ਪੁਰਾਣੀ ਗੱਲ, ਮੈਨੂੰ ਆ ਕੇ ਆਉਂਦਾ, ਹਾਫਿਜ਼ ਸਾਹਿਬ ਮੈਂ ਉਮਰਾ ਕਰਨਾ ਚਾਹੁੰਦਾ ਅਤੇ ਪਤਾ ਕਰੋ ਭਲਾ ਕਿੰਨਾ ਖਰਚਾ ਆਉਂਦਾ। ਉਦੋਂ ਖਰਚਾ ਆਉਂਦਾ ਸੀ 90,000-95,000। ਕਹਿਣ ਲੱਗਾ ਵੀ ਮੈਂ ਕਿਹਾ ਬਾਬਾ ਤੂੰ ਕਿੰਨੇ ਕੁ ਪੈਸੇ ਬਣਾ, ਨਾਲ ਮੈਂ ਹੱਸ ਪਿਆ। ਆਉਂਦਾ 1,00,000 ਅਤੇ 4,000 ਜੋੜ ਲਿਆ ਅਤੇ 28 ਸਾਲ ਤੋਂ ਜੋੜਨਾ ਪਿਆ ਵਾ। 1,00,000 ਅਤੇ 4,000 ਜੋੜੇ ਉਹ ਵੀ 28 ਸਾਲ ਤੋਂ ਫੇਰੀ ਲਾ ਕੇ ਸਾਈਕਲ 'ਤੇ ਨਾ, ਕਦੀ 50 ਕਦੀ 20 ਕਦੀ 10 ਇਵੇਂ ਕਰਕੇ ਜੁੜਨ ਡੇ। 28 ਸਾਲਾਂ ਬਾਅਦ 1,00,000 ਅਤੇ 4,000 ਬਣੇ। ਹੁਣ ਦੁਆ ਮੇਰੀ ਇਹ ਕਿ ਅੱਲਾ ਮੈਨੂੰ ਮੌਤ ਤੋਂ ਪਹਿਲੇ ਪਹਿਲੇ ਆਪਣਾ ਘਰ ਵੀ ਵਿਖਾ ਦੇਵੇ। ਇਬਰਾਹੀਮ ਅਲੈਹਿ ਸਲਾਮ ਨੇ ਜਦੋਂ ਬਣਾਇਆ ਨਾ ਖਾਨਾ ਕਾਬਾ, ਬੈਤੁੱਲਾ ਸ਼ਰੀਫ, ਕਹੋ ਸੁਭਾਨ ਅੱਲਾ। ਇੱਕ ਮੇਰੇ ਯਾਰ ਨੇ ਨਾ ਮੱਕਾ ਪਾਕ ਅੰਦਰ, ਹਾਜੀ ਮੀਆਂ ਜ਼ਫਰ ਸਾਹਿਬ ਹਾਫਿਜ਼ਹੁਲਾਹ ਤਾਲਾ, ਬੜੇ ਮੇਰੇ ਯਾਰ ਨੇ ਮੁਹੱਬਤ ਕਰਨ ਵਾਲੇ ਹਾਜੀ ਮੀਆਂ ਜ਼ਫਰ ਸਾਹਿਬ 35 ਸਾਲ ਤੋਂ ਮੱਕਾ ਮੁਕਰਮਾ 'ਚ ਰਹਿੰਦੇ ਨੇ ਅਤੇ ਕਹਿਣ ਲੱਗੇ ਇੱਕ ਮੈਂ ਤੁਹਾਨੂੰ ਸ਼ਾਇਦ ਆਉਂਦਾ ਬਾਰ ਬਾਰ ਕਹਿਣ। ਮੈਂ ਕਿਹਾ ਹਾਜੀ ਸਾਹਿਬ ਕਿਹੜੀ ਸ਼ਾਇਦ ਹੋ ਗਈ? ਕਹਿਣ ਲੱਗੇ ਕਦੀ ਯਾਦ ਕਰੇਂਗੇ। ਖੈਰੋ ਹਾਜੀ ਮਨਸ਼ਾ ਸਾਹਿਬ ਕਲਾਕ ਟਾਵਰ ਵਾਲੇ, ਅੱਲਾ ਕਰੀਮ ਉਹਨਾਂ ਦਾ ਪਿਆਰ ਕਬੂਲ ਫਰਮਾਏ। ਮੇਰਾ ਇੱਕ ਯਾਰ ਐਸੀ ਭਾਈ ਅਲਤਾਫ ਮੱਕਾ ਮੁਕਰਮਾ 'ਚ ਰਹਿੰਦਾ ਤਾਇਫ ਅੰਦਰ, ਉਹਨਾਂ ਵੀ ਬੜਾ ਪਿਆਰ ਕੀਤਾ, ਅੱਲਾ ਕਬੂਲ ਫਰਮਾਏ। ਕਹਿਣ ਲੱਗਾ ਜਾਣ ਲੱਗਿਆਂ ਦਿਆਂਗਾ। ਮੈਂ ਕਿਹਾ ਹਾਜੀ ਸਾਹਿਬ ਠੀਕ। ਉਹ ਆਉਣ ਲੱਗਿਆ ਨਾ ਉਹਨਾਂ ਮੈਨੂੰ ਛੋਟਾ ਜਿਹਾ ਪੱਥਰ ਦਿੱਤਾ, ਐਵੇਂ ਐਡਾ ਕੁ ਟੁਕੜਾ। ਕਹਿਣ ਲੱਗੇ ਜਦੋਂ ਇਮਰਾਨ ਖਾਨ ਸਾਹਿਬ ਆਏ ਸੀ ਨਾ ਬੈ ਇੱਥੇ ਪਹਿਲੀ ਵਾਰੀ, ਉਹਨਾਂ ਵਾਸਤੇ ਇਹ ਦਰਵਾਜ਼ਾ ਖੋਲਿਆ ਗਿਆ ਸੀ ਖਾਨਾ ਕਾਬਾ ਦਾ, ਕਹੋ ਸੁਭਾਨ ਅੱਲਾ। ਉਹਨਾਂ ਵਾਸਤੇ ਦਰਵਾਜ਼ਾ ਖੋਲਿਆ ਗਿਆ, ਮੈਂ ਵੀ ਅੰਦਰ ਗਿਆ ਸੀ, ਮੈਂ ਵੀ ਨਾਲ ਗਿਆ। ਆਉਂਦੇ ਹਾਫਿਜ਼ ਸਾਹਿਬ ਐਵੇਂ ਲੋਕ ਇਮਰਾਨ ਖਾਨ ਸਾਹਿਬ ਨੂੰ ਬੁਰਾ ਬਲਾ ਆਉਂਦੇ ਨੇ। ਆਉਂਦਾ ਮੈਂ ਕੋਲ ਸਾ ਮੌਕੇ 'ਤੇ, ਮੇਰੇ ਕੋਲੋਂ ਪੁੱਛੋ ਪੌਣਾ ਘੰਟਾ ਇਮਰਾਨ ਖਾਨ ਸਾਹਿਬ ਬੈਤੁੱਲਾ 'ਚ ਅੰਦਰ ਰਹਿ ਨੇ, ਇੱਕ ਮਿੰਟ ਵੀ ਐਸਾ ਨਹੀਂ ਕਿ ਇਮਰਾਨ ਖਾਨ ਸਾਹਿਬ ਬੈਠੇ ਹੋਣ, ਬੈਠੇ ਰੁੰਨੀ ਗਏ ਨੇ। ਅਤੇ ਨਾਲ ਨਾ ਉਹਨੇ ਕਿਹਾ ਵੀ ਇਹ ਪੱਥਰ ਏ ਜਿਹੜਾ ਮੈਂ ਬੈਤੁੱਲਾ ਦੇ ਵਿੱਚੋਂ ਮੈਨੂੰ ਮਿਲਿਆ, ਕਿਉਂਕਿ ਮੈਂ ਹੁਣ ਨਹੀਂ ਇੱਥੇ ਹਾਂ,
ਗਿਲਾਫ ਕਾਬਾ ਅਸੀਂ ਬਦਲਨੇ ਆ। 18 ਵਾਰੀ ਕਹਿਣ ਲੱਗੇ ਮੈਂ ਖਾਨਾ ਕਾਬਾ ਦੀ ਛੱਤ ਤੇ ਵੀ ਗਿਆ। ਇਹ ਉਹ ਪੱਥਰ ਏ ਜਿਹੜਾ ਇਬਰਾਹੀਮ ਅਲੈ ਸਲਾਮ ਨੇ ਜਿੱਥੋਂ ਬੁਨਿਆਦ ਚੁੱਕੀ ਸੀ ਨਾ, ਇਹ ਪੱਥਰ ਉੱਥੋਂ ਮੈਨੂੰ ਮਿਲਿਆ ਸੀ। ਓਏ ਬੈਤੁੱਲਾ ਦੀ ਕਸਮ, ਜਦੋਂ ਇਬਰਾਹੀਮ ਅਲੈ ਸਲਾਮ ਨੇ ਬਣਾਇਆ ਨਾ ਖਾਨਾ ਕਾਬਾ, ਤੇ ਕਹਿਣ ਲੱਗੇ ਅੱਲਾ ਸੋਨਾ ਤੁਹਾਡਾ ਘਰ ਬਣ ਗਏ, ਆਖਿਆ ਮੇਰੇ ਯਾਰ ਫਿਰ ਹੁਣ ਹੋਕਾ ਵੀ ਲਾ ਨਾ, ਹੋਕਾ ਵੀ ਦੇ ਵੀ ਆਓ ਹੱਜ ਕਰਨ ਲਈ, ਉਮਰਾ ਕਰਨ ਲਈ। ਯਾ ਅੱਲਾ ਮੈਂ ਕਿੰਨਾ ਕੁ ਉੱਚੀ ਬੋਲਾਂ, ਮੇਰੀ ਆਵਾਜ਼ ਤੇ ਇੱਥੇ ਪਹਾੜਾਂ 'ਚ ਟਕਰਾ ਜਾਏਗੀ। ਖਲੀਲ ਮੇਰੇ ਯਾਰ ਇਬਰਾਹੀਮ, ਇਹ ਤੁਹਾਡਾ ਕੰਮ ਨਹੀਂ, ਆਵਾਜ਼ਾਂ ਪਹੁੰਚਾਉਣਾ ਤੁਹਾਡਾ ਕੰਮ ਨਹੀਂ, ਤੁਹਾਡਾ ਕੰਮ ਤੇ ਇੱਕ ਵਾਰੀ ਹੌਲੀ ਜਿਹਾ ਹੋਕਾ ਦੇਣਾ, ਇੱਕ ਵਾਰੀ ਹੋਕਾ ਤੁਸੀਂ ਦੇ ਦਿਓ। ਕਿਆਮਤ ਤੱਕ ਆਉਣ ਵਾਲੇ ਦਰਿਆਵਾਂ ਤੋਂ ਪਾਰ ਰਹਿਣ ਵਾਲੇ ਪਿੰਡਾਂ ਸ਼ਹਿਰਾਂ ਕੋਟਾਂ ਢਾਰੀਆਂ ਤੇ ਰਹਿਣ ਵਾਲੇ ਮੁਸਲਮਾਨ ਤੜਪਾ ਮੈਂ ਦਿਆਂਗਾ। ਐਲਾਨ ਤੁਸੀਂ ਕਰੋ, ਤੜਪਾ ਮੈਂ ਦਿਆਂ, ਕਿਉਂ ਵੀ ਹਰ ਮੁਸਲਮਾਨ ਅੱਜ ਕੱਲ੍ਹ ਤੜਪਦਾ ਪਿਆ ਕਿ ਨਹੀਂ, ਹਰ ਬੰਦਾ ਹੀ ਕਲਪਦਾ ਅੱਲਾ ਮੈਨੂੰ ਕਦੀ ਲਿਜਾਏ ਕਦੀ ਲਿਜਾਏ। ਕਦੀ ਨਹੀਂ ਆਖਣਾ, ਬਲਕਿ ਆਖੋ ਅੱਲਾ ਜੀ ਮੈਨੂੰ ਤੁਸੀਂ ਲੈ ਜਾਓ। ਉੱਚੀ ਆਮੀਨ ਚਲ ਆਖੋ। ਕੁਰਾਨ ਦਾ ਇੰਨਾ ਅਵਾਲਾ ਬੈਤਿਨਾਸ ਕਹੋ ਸੁਭਾਨ ਅੱਲਾ, ਇੰਨਾ ਅਵਾਲਾ। ਅਬੂ ਬਕਰ ਮੇਰੇ ਯਾਰ ਤੁਸੀਂ ਵੀ ਗੌਰ ਕਰ ਲਓ, ਜਿੰਨੇ ਤੁਸੀਂ ਆਇਓ ਗੌਰ ਕਰ ਲਓ, ਮੇਰੇ ਵੱਲੇ ਵੇਖੋ, ਕੁਰਾਨ ਸੁਣ ਕੇ ਕਹਿਣਾ ਸੁਬਹਾਨ ਅੱਲਾ। ਅਬੂ ਬਕਰ ਮੇਰਾ ਯਾਰ ਨੂਰਪੁਰ ਤੋਂ ਐ ਪਰਵਾਨਾ, ਅੱਲਾ ਜਿੰਨੇ ਆਏ ਨੇ ਮੱਕਾ ਮਦੀਨਾ ਵਖਾ ਦੇ। ਕੁਰਾਨ ਆਂਦਾ ਇੰਨਾ ਅਵਾਲਾ ਬੈਤਿਉਂ ਵੋ ਜ਼ਿਆਲਿਨਾਸ ਲੱਲਜ਼ੀ ਬਿਬਕਲ ਦਾ ਮੁਬਾਰਕਨ। ਅੱਲਾ ਦਾ ਕੁਰਾਨ ਆਂਦਾ ਸਭ ਤੋਂ ਪਹਿਲਾ ਕਾਰਨ, ਅੱਲਾ ਦੀ ਜ਼ਮੀਨ ਤੇ ਸਭ ਤੋਂ ਪਹਿਲੀਆਂ ਦੀਵਾਰਾਂ, ਮੇਰੇ ਵੱਲੇ ਵੇਖੋ, ਸਭ ਤੋਂ ਪਹਿਲੀਆਂ ਦੀਵਾਰਾਂ ਖੜੀਆਂ ਹੋਈਆਂ ਨੇ, ਉਹਨੂੰ ਬੈਤੁੱਲਾ ਆਖਿਆ ਜਾਂਦਾ। ਇੰਨਾ ਆਉਂ ਵਾਲਾ ਬੈਤਿਨ ਸਭ ਤੋਂ ਪਹਿਲਾਂ, ਜਿਹਦੇ ਉੱਤੇ ਛੱਤ ਪਈ ਗਈ ਏ ਇਹਨੂੰ ਬੈਤੁੱਲਾ ਆਖਿਆ ਜਾਂਦਾ। ਇੰਨਾ ਆਉਂ ਵਾਲਾ ਬੈਤਿਨ ਵੋਜ਼ਿਆਲਿਨਾਸ ਸਭ ਤੋਂ ਪਹਿਲਾਂ, ਚਾਰ ਦੀਵਾਰੀ ਬੈਤੁੱਲਾ ਦੀ ਹੋਈ ਏ। ਅੱਲਾ ਦਾ ਕੁਰਾਨ ਆਂਦਾ ਇੰਨਾ ਆਉਂ ਵਾਲਾ ਬੈਤਿਉਂ ਵੋਜ਼ਿਆਲਿਨਾਸ ਲੱਲਜ਼ੀ ਬਿਬਕਲ ਦਾ ਮੁਬਾਰਕਨ। ਅੱਲਾ ਸੋਹਣਿਆ ਐ ਲੋਕ ਪੁੱਛਣ ਡੈ ਨੇ, ਤੁਸਾਂ ਕੁਰਾਨ 'ਚ ਆਖੇ ਸਭ ਤੋਂ ਪਹਿਲਾਂ ਮੇਰੀ ਜ਼ਮੀਨ 'ਤੇ ਮੇਰਾ ਘਰ ਬਣਾਇਆ ਗਿਆ, ਉਹ ਤੁਹਾਡਾ ਘਰ ਤੁਹਾਡੀ ਜ਼ਮੀਨ ਦੇ ਕਿਹੜੇ ਸ਼ਹਿਰ 'ਤੇ ਬਣਾਇਆ ਗਿਆ, ਕਿਹੜੇ ਇਲਾਕੇ 'ਚ ਬਣਾਇਆ ਗਿਆ, ਕਿਹੜੀ ਧਰਤੀ 'ਤੇ ਬਣਾਇਆ ਗਿਆ। ਕੁਰਾਨ ਆਂਦਾ ਵੀ ਬਕਲ ਤਾਂ ਮੁਬਾਰਕਨ। ਅੱਲਾ ਪਾਕ ਫਰਮਾਉਂਦੇ ਨੇ ਬੱਕੇ ਸ਼ਹਿਰ ਅੰਦਰ ਮੱਕੇ ਦਾ ਨਾਂ
ਇੱਕ ਬੱਕਾ ਵੀ ਇਹਦਾ ਕੁਰਾਨ ਚ ਨਾ ਬੱਕਾ ਏ ਨਾ, ਯਾਨੀ ਬਾ ਨਾਲ ਬੱਕਾ ਵੀ ਬੱਕਾ ਤਾਂ ਮੁਬਾਰਕ ਅੱਲਾ ਸੋਨਿਆ। ਇਹ ਲੋਕ ਪੁੱਛਣ ਡੈ ਨੇ ਮੱਕੇ ਸ਼ਹਿਰ ਨੂੰ ਤੁਸਾਂ ਜਿੱਥੇ ਬੈਤੁੱਲਾ ਬਣਵਾਇਆ ਇਹਨੂੰ ਬੱਕਾ ਕਿਉਂ ਆਖਿਆ? ਬੱਕਾ ਵੀ ਬੱਕਾ ਮੇਰੇ ਵੱਲੇ ਤੱਕੋ ਬੱਕਾ ਦਾ ਮੈਂ ਆਇਆ। ਜਿਹੜਾ ਬੰਦਾ ਨੀਅਤ ਪੂਰੀ ਕਰਕੇ ਬੈਤੁੱਲਾ ਵੱਲੇ ਆਏਗਾ ਵੀ ਬੱਕਾ, ਜਿਹੜਾ ਬੰਦਾ ਬੁਰਾ ਜ਼ਿਨ ਲੈ ਕੇ ਨਾ ਮੱਕਾ ਮੁਕਰਮਾ ਵੱਲੇ ਆਏਗਾ ਵੀ ਬੱਕਾ, ਜਿਹੜਾ ਬੰਦਾ ਸੀਨਾ ਖੋਲ ਕੇ ਨਾ ਆਕੜ ਕੇ ਗਰੂਰ ਨਾਲ ਮੱਕੇ ਵੱਲੇ ਆਏਗਾ ਵੀ ਬੱਕਾ ਦਾ, ਜਿਹੜਾ ਬੰਦਾ ਬੈਤੁੱਲਾ ਦੇ ਬਾਰੇ ਬੁਰੇ ਖਿਆਲ ਲੈ ਕੇ ਆਏਗਾ ਨਾ ਵੀ ਬੱਕਾ ਤਾ ਇਹਦਾ ਮੈਂ ਨਾ ਇਹ ਆ। ਜਿੰਨੇ ਵੀ ਬੁਰਾ ਇਰਾਦਾ ਕਰਕੇ ਆਏ ਨਾ ਵੀ ਬੱਕਾ ਤਾ ਬੱਕਾ ਦਾ ਮੈਂ ਨਾ ਇਹ ਆ ਕਿ ਮੱਕਾ ਉਹਨੂੰ ਉੱਥੇ ਹੀ ਕੁਚਲ ਕੇ ਰੱਖ ਦੇਵੇਗਾ। ਇਹਦਾ ਮੈਂ ਨਾ ਇਹ ਆ, ਬੱਕਾ ਦਾ ਮੈਂ ਨਾ ਇਹ ਆ ਉਹਨੂੰ ਉੱਥੇ ਹੀ ਮੱਕਾ ਸ਼ਹਿਰ ਉੱਥੇ ਹੀ ਕੁਚਲ ਦੇਗਾ। ਇਹ ਤੁਹਾਨੂੰ ਪਤਾ ਹੀ ਹੈ ਨਾ, ਇੱਕ ਫੰਨੇ ਖਾਨ ਆਪਣੇ ਆਪ ਤੋਂ ਬਾਹਰ ਇੱਕ ਬਦਮਾਸ਼, ਇੱਕ ਬਦਮਾਸ਼ ਨਾ ਉਹਨੇ ਆਖਿਆ ਮੈਂ ਬੈਤੁੱਲਾ ਨੂੰ ਮਾਜ਼ ਅੱਲਾ ਸੁਮਾ ਮਾਜ਼ ਅੱਲਾ ਮੈਨੂੰ ਮੁੱਢੋ ਖਿੜ ਦੇਣਾ ਏ। ਉੱਤੋਂ ਆਵਾਜ਼ ਆਈ ਵੀ ਬੱਕਾ ਇਹਦਾ ਨਾਮ ਬੱਕਾ ਵੀ ਏ। ਇੱਕ ਵਾਰ ਆਗਾ ਪੈਰ ਚੁੱਕ ਕੇ ਤਾਂ ਵੇਖ, ਇੱਕ ਵਾਰ ਉਤਾਂ ਨਜ਼ਰਾਂ ਚੁੱਕ ਕੇ ਤਾਂ ਵੇਖਣਾ ਵੀ ਬੱਕਾ ਦਾ, ਇੱਕ ਵਾਰ ਅੱਗੇ ਆ ਕੇ ਤਾਂ ਵੇਖ ਵੀ ਬੱਕਾ ਦਾ। ਆਪਣਾ ਲਸ਼ਕਰ ਤਾਂ ਲੈ ਕੇ ਆ ਅਬਰਾ ਬੇਈਮਾਨ, ਆਪਣਾ ਲਸ਼ਕਰ ਲੈ ਕੇ ਆਇਆ ਨਾ। ਇਹਦੇ ਲਸ਼ਕਰ ਦੇ ਨਾਲ ਬੜੇ ਬੜੇ ਹਾਥੀ ਨੇ ਨਾ, ਇਹਨਾਂ ਹਾਥੀਆਂ ਵਿੱਚੋਂ ਨਾ ਇੱਕ ਮਹਿਮੂਦ ਨਾਮੀ ਹਾਥੀ, ਬਹੁਤ ਬੜਾ ਹਾਥੀ, ਏਡਾ ਵੱਡਾ ਹਾਥੀ, ਇਹ ਤੁਹਾਡਾ ਸਾਰਾ ਪਿੰਡ ਨਾ ਉਹਦੇ ਪਿੱਛੇ ਬੰਨਿਆ ਜਾਏ ਤੇ ਖਿੱਚ ਕੇ ਲੈ ਜਾਏ। ਇੰਨੀ ਤਾਕਤ ਵਾਲਾ ਹਾਥੀ ਇਹ ਵੀ ਨਾਲੇ ਆਉਂਦਾ ਮਾਜ਼ ਅੱਲਾ ਮੈਂ ਇਹਦੇ ਪਿੱਛੇ ਬੈਤੁੱਲਾ ਨੂੰ ਬੰਨ ਕੇ ਉਹ ਖੇਡ ਦਿਆਂਗਾ। ਹਾਥੀ ਇਹ ਮਹਿਮੂਦ ਨਾਮੀ ਹਾਥੀ, ਇਹਨੂੰ ਪਤਾ ਲੱਗ ਗਿਆ ਨਾ ਕਿ ਮੈਨੂੰ ਅੱਲਾ ਦੀ ਕਸਮ ਮੱਕਾ ਕੁਚਲ ਦੇਗਾ ਨਾ। ਹਾਥੀ ਗੋਡੀਆਂ ਨੂੰ ਆ ਦਿੰਦਾ ਇਹ ਬੇਈਮਾਨ, ਇਹਦੇ ਲਸ਼ਕਰ ਵਾਲੇ ਪਿੱਛੋਂ ਸੋਟੀਆਂ ਮਾਰਦੇ ਨੇ, ਇਹਨੂੰ ਪਿੱਛੋਂ ਸੋਵੇ ਮਾਰਦੇ ਨੇ। ਹਾਥੀ ਆਂਦਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ, ਇਹਨੂੰ ਪਿਛਾ ਮੋੜਦੇ ਨੇ। ਹਾਥੀ ਦੌੜਾਂ ਲਾ ਦਿੰਦੇ, ਉਧਰੋਂ ਅੱਲਾ ਦਾ ਕੁਰਾਨ ਆਉਂਦਾ, ਅੱਲਾ ਦਾ ਲਸ਼ਕਰ ਆ ਗਿਆ ਨਾ। ਅਲਮ ਤਾਰਾ ਕਈ ਫਫਾਲਾ ਰੱਬੋਂ ਕਾ ਬਿਆ ਸਹਾਬਿਲ ਫੀਲ, ਅਲਾਮੀਆ ਜਾਲ ਕਈ ਦਾਹੁਨ ਫੀ ਤਜ਼ਲੀਲ, ਵਾਰ ਸਲਾ ਲਈ ਹੈ ਮੰਗ ਨਾ ਬਾਬਿਲ। ਇਹਦਾ ਤਰਜਮਾ, ਇਹਦਾ ਤਰਜਮਾ ਇਵੇਂ ਸੁਣਾ ਦਿਆਂ, ਹਰ ਚੀਜ਼ ਤੇ ਕਾਦਰ ਕਦੀਰ ਹੈ ਤੂੰ। ਫਿਰ ਕਵੋ ਸੁਬਹਾਨ ਅੱਲਾ, ਅੱਲਾ ਦੀ ਸ਼ਾਨ ਸੁਣ ਕੇ ਖੁਸ਼ ਹੋ ਕੇ ਕਵੋ ਸੁਬਹਾਨ ਅੱਲਾ।
ਮੱਕੇ ਦੀ ਸ਼ਾਨ ਸੁਣ ਕੇ ਪਿਆਰ ਨਾਲ ਕਵੋ ਸੁਬਹਾਨ ਅੱਲਾਹ। ਹਰ ਚੀਜ਼ ਤੇ ਕਦਰ ਕਦੀਰ ਹੈ ਤੂੰ, ਜੋ ਚਾਹੇ ਸੋ ਕਰਕੇ ਵਖਾ ਦੇਨਾ ਏ। ਪਾਣੀ ਉੱਤੇ ਜ਼ਮੀਨ ਖਲਾਰ ਦੇਨਾ ਏ, ਥੰਮਾ ਬਾਜਾ ਸਮਾਨ ਟਿਕਾ ਦੇਨਾ ਏ। ਕਰਨ ਲਈ ਆਰਾਮ ਤੂੰ ਬੰਦਿਆਂ ਦੇ ਅੱਲਾਹ, ਕਰਨ ਲਈ ਆਰਾਮ ਤੂੰ ਬੰਦਿਆਂ ਦੇ। ਐ ਦਿਨ ਖਤਮ ਕਰਕੇ ਰਾਤ ਪਾ ਦੇਨਾ ਏ, ਇਸੇ ਤਰ੍ਹਾਂ ਜ਼ਰੂਰਤ ਦੇ ਤਾਤ ਮੁੜ ਕੇ ਫਿਰ ਰਾਤ ਚੋਂ ਦਿਨ ਚੜਾ ਦੇਨਾ ਏ। ਅਬਰਾ 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 ਬੈਤੁੱਲਾ ਨੂੰ ਟਾਣ ਆਵੇ, ਅਬਾ ਬੀਲਾ ਨੂੰ ਹੁਕਮ ਸੁਣਾ ਦੇਨਾ ਏ। ਅੱਲਾ ਨੇ ਟੈਲੀਫੋਨ ਖੜਕਾ ਦਿੱਤਾ ਨਾ, ਅਬਾ ਬੀਲੋ ਮੈਂ ਤੁਹਾਡਾ ਰੱਬ ਪਿਆ ਬੋਲਣਾ ਵਾ। ਅੱਲਾ ਜੀ ਹੁਕਮ ਫਰਮਾਓ ਸਾਡੇ ਅੱਲਾ ਜੀ ਕੀ ਹੁਕਮ ਏ। ਅੱਲਾ ਪਾਕ ਫਰਮਾਨ ਲੱਗੇ ਆ ਜਾਓ ਨਾ, ਆ ਜਾਓ ਇੱਕ ਫੰਨੇ ਖਾਇਆ ਖੜਾ ਏ ਨਾ, ਮੈਂ ਤੁਹਾਡਾ ਮੁਕਾਬਲਾ ਕਰਨ ਲੱਗਾ ਵਾ। ਅੱਲਾ ਸੋਨਿਆ ਅਸੀਂ ਛੋਟੀਆਂ ਛੋਟੀਆਂ ਅਬਾ ਬੀਲਾ, ਉਹ ਏਡਾ ਵੱਡਾ ਲਸ਼ਕਰ ਏ। ਅੱਲਾ ਪਾਕ ਫਰਮਾਨ ਲੱਗੇ ਇਹ ਤੁਹਾਡਾ ਕੰਮ ਨਹੀਂ ਨਾ, ਬਸ ਤੁਸਾਂ ਕੈਂਕਰ ਲੈ ਕੇ ਸੁੱਟ ਦੇਣਾ ਤੁਹਾਡਾ ਕੰਮ ਏ, ਤੇ ਬੰਬ ਮੈਂ ਪਈ ਬਣਾ ਦੇਵਾਂਗਾ। ਇਧਰੋਂ ਜੱਦੇ ਵੱਲੋਂ ਨਾ ਅਬਾ ਬੀਲਾ ਕਹਿਣਾ, ਉਹ ਤਾਰਾ ਗੜਦੇ ਰਹਿਣ ਵਾਲਿਆ ਹੁਣ ਇੱਕ ਦਫਾ ਜਿਹੜੇ ਉੱਥੇ ਗਏ ਜੇ ਨਾ, ਬੈਠੇ ਇੱਥੇ ਹੀ ਰਵੋ, ਪਰ ਤਸੱਵਰ ਆਪਣਾ ਇੱਕ ਵਾਰੀ ਬੈਤੁੱਲਾ ਤੇ ਲੈ ਕੇ ਜਾਣਾ। ਇੱਥੇ ਬੈਠਿਆਂ ਬੈਠਿਆਂ ਨਾ ਇੱਕ ਦਫਾ ਆਪਣਾ ਖਿਆਲ ਜਿਹੜੇ ਵੇਖ ਕੇ ਮੰਜ਼ਰ ਆਏ ਉੱਥੇ ਜ਼ਰਾ ਮੈਂ ਗੱਲ ਸੁਣਾਉਣ ਲੱਗਾ ਵਾਂ। ਐ ਬੈਤੁੱਲਾ ਦੀ ਛੱਤ ਤੋਂ ਲੈ ਅੱਲਾ ਦੀ ਕਸਮ ਆਸਮਾਨ ਤੱਕ ਕੋਈ ਵੀ ਹਵਾਈ ਜਹਾਜ਼ ਕੋਈ ਸ਼ੈ ਉਤੋਂ ਨਹੀਂ ਲੰਘ ਸਕਦੀ। ਜੇ ਜਾਜ਼ਤਾਂ ਮਿਲੀਆਂ ਨੇ ਤੇ ਅਬਾ ਬੀਲ ਨੂੰ ਮਿਲੀਆਂ ਨੇ। ਜਾਓ ਜਾ ਕੇ ਵੇਖੋ ਨਾ, ਅਬਾ ਬੀਲ ਵੀ ਤਵਾਫ ਕਰਦੇ ਪਏ ਨੇ, ਅਬਾ ਬੀਲ ਬੈਤੁੱਲਾ ਦੀਆਂ ਛੱਤਾਂ ਤੇ ਉੱਡੇ ਫਿਰਦੇ ਨੇ। ਮੈਨੂੰ ਤੇਵੇਂ ਲੱਗਦਾ ਅੱਲਾ ਨੇ ਨਾ ਤੇ ਰਹਿਮ ਕੀਤਾ ਕਿ ਤੁਸਾਂ ਬੈਤੁੱਲਾ ਦੀ ਰਖਵਾਲੀ ਲਈ ਆਪਣੇ ਪਹੁੰਚਿਆਂ ਚੋਂ ਆਪਣੇ ਮੂੰਹ ਚੋਂ ਕੈਂਕਰ ਬਰਸਾਏ ਸਨ, ਕਿਆਮਤ ਤੱਕ ਤੁਸੀਂ ਬੈਤੁੱਲਾ ਦਾ ਤਵਾਫ ਹੀ ਕਰਦੇ ਰਹੋਗੇ। ਅੱਲਾ ਸੋਨਿਆ ਸਾਨੂੰ ਵੀ ਬੈਤੁੱਲਾ ਦਾ ਤਵਾਫ ਨਸੀਬ ਫਰਮਾ ਦੇ। ਇੱਕ ਬੇਈਮਾਨ ਨਾ ਇੱਕ ਬੇਈਮਾਨ ਉਹਨੇ ਵੇਖਿਆ ਵੀ ਉਹ ਉੱਤੋਂ ਕੈਂਕਰ ਬੰਬ ਪੈ ਵੱਜਦੇ, ਇਹ ਜੂ ਨਸਿਆ ਨਾ ਇੱਕ ਜਾ ਕੇ ਕਮਰੇ 'ਚ ਦਾਖਲ ਹੋ ਜਾਂਦਾ ਹੈ। ਅਬਾ ਬੀਲ ਆਪਣੀ ਚੁੰਝ 'ਚ ਕੈਂਕਰ ਲੈ ਕੇ ਬਾਹਰ ਬਨੇਰੇ ਦੇ ਉੱਤੇ ਹੀ ਬਹਿ ਜਾਂਦਾ ਹੈ। ਆਂਦਾ ਇੱਕ ਵਾਰੀ ਬਾਰਾ ਤੇ ਲੈਣਾ, ਸਾਨੂੰ ਅੱਲਾ ਦਾ ਹੁਕਮ ਏ, ਜਿੰਨੀ ਦੇਰ ਤੂੰ ਬਾਹਰ ਨਹੀਂ ਆਏਗਾ ਅਸੀਂ ਵਾਪਸ ਨਹੀਂ ਜਾਵਾਂਗੇ। ਕਿਉਂ? ਸਾਨੂੰ ਸੋਨੇ ਅੱਲਾ ਦਾ ਹੁਕਮ ਆ ਗਿਆ, ਸਾਨੂੰ ਸਾਡੇ ਰੱਬ ਦਾ ਹੁਕਮ ਆ ਗਿਆ। ਹੋਇਆ ਬਰਾ ਬੈਤੁੱਲਾ ਨੂੰ ਟਾਣ ਆਇਆ, ਅਬਾ ਬੀਲਾ ਨੂੰ ਹੁਕਮ ਸੁਣਾ
ਦਿਨ ਅਬਰਾ ਐ ਹੈ ਬੱਕਾ ਦਾ ਮਹਿਣਾ ਵੀ ਬੱਕਾ ਅਬਰਾ ਬੈਤੁੱਲਾ ਨੂੰ ਤਾਨ ਆਇਆ ਅਬਾ ਬੀਲਾ ਨੂੰ ਹੁਕਮ ਸੁਣਾ ਦੇਨਾ ਏ ਆਪਣੀ ਚੁੰਝ ਚੋਂ ਕੰਕਰੇ ਉਹ ਘੇਰ ਦੇਨੇ ਤੂੰ ਉਹਨਾਂ ਦੇ ਬੰਬ ਬਣਾ ਦੇਨਾ ਏ ਜੇ ਮਕਸਦ ਹੋਵੇ ਹਾਥੀ ਨੂੰ ਮਾਰਨੇ ਦਾ ਅੱਲਾ ਜੇ ਮਕਸਦ ਹੋਵੇ ਹਾਥੀ ਨੂੰ ਮਾਰਨੇ ਦਾ ਉਹਦੀ ਸੁੰਡ ਤੇ ਕੀੜੀ ਲੜਾ ਦੇਣਾ ਏ ਓਏ ਤਾਰਾ ਗੜੀਓ ਭਲਾ ਹਾਥੀ ਤੇ ਕੀੜੀ ਦੀ ਕੀ ਨਿਸਬਤ ਆਪਣੀ ਕੁਦਰਤ ਦੇ ਮੰਜ਼ਰ ਵਖਾ ਦੇਣਾ ਏ ਓਏ ਸੋਹਣਿਆ ਕਦੀ ਕਦੀ ਅੱਲਾ ਚਿੜੀਆਂ ਕੋਲੋਂ ਬਾਜ਼ ਵੀ ਮਰਵਾ ਦਿੰਦਾ ਏ ਕਦੀ ਕਦੀ ਕੀੜੀਆਂ ਕੋਲੋਂ ਹਾਥੀ ਵੀ ਮਰਵਾ ਦਿੰਦਾ ਏ ਓਏ ਕਦੀ ਕਦੀ ਚਿੜੀਆਂ ਕੋਲੋਂ ਅਬਰਾ ਦੀਆਂ ਫੌਜਾਂ ਬਰਬਾਦ ਕਰਵਾ ਦਿੰਦਾ ਏ ਓਏ ਤਾਰਾ ਗੜ ਦੇ ਵਾਸੀਓ ਤਗੜਿਓ ਚੌਧਰੀਓ ਸਰਦਾਰੋ ਕੰਨ ਖੋਲ ਕੇ ਸੁਣ ਲਓ ਕਦੀ ਕਦੀ ਅੱਲਾ ਮਾੜਿਆਂ ਕੋਲੋਂ ਤਗੜੇ ਮਰਵਾ ਦਿੰਦਾ ਕਦੀ ਕਦੀ ਅੱਲਾ ਮਾੜਿਆਂ ਕੋਲੋਂ ਤਗੜੇ ਤਗੜੇ ਮਰਵਾ ਦਿੰਦੇ ਇਸ ਵਾਸਤੇ ਗਰੂਰ ਨਾ ਕਰਿਆ ਕਰ ਤਕੱਬਰ ਨਾ ਚਾਵੜਾ ਨਾ ਆਜ਼ੀ ਲਿਆ ਅੱਲਾ ਦੀ ਮਖਲੂਕ ਤੇ ਰਹਿਮ ਕੀਤਾ ਕਰ ਜੇ ਮਕਸਦ ਹੋਵੇ ਹਾਥੀ ਨੂੰ ਮਾਰਨ ਅੱਲਾ ਜੇ ਮਕਸਦ ਹੋਵੇ ਹਾਥੀ ਨੂੰ ਮਾਰਨੇ ਦਾ ਉਹਦੀ ਸੁੰਡ ਤੇ ਕੀੜੀ ਲੜਾ ਦੇਨਾ ਏ ਪਾਲਾ ਹਾਥੀ ਤੇ ਕੀੜੀ ਦੀ ਕੀ ਨਿਸਬਤ ਆਪਣੇ ਕੁਦਰਤ ਦੇ ਮੰਜ਼ਰ ਵਖਾ ਦੇਨਾ ਏ ਮਾਈ ਮਰੀਅਮ ਤੇ ਜਦੋਂ ਇਲਜ਼ਾਮ ਲੱਗਦਾ ਈਸਾ ਨਬੀ ਨੂੰ ਬੋਲਣ ਸਿਖਾ ਦੇਨਾ ਏ ਬੱਚੇ ਜੰਮਦੇ ਕਦੀ ਨਹੀਂ ਬੋਲਦੇ ਨੇ ਪਰ ਤੂੰ ਇੰਜ ਦੇ ਟੋਵੀ ਟੋਆ ਦੇਨਾ ਏ ਸੁਣ ਲਓ ਧਿਆਨ ਦੇ ਨਾਲ ਬੱਕਾ ਦਾ ਮਹਿਣਾ ਆ ਜਿਹੜਾ ਵੀ ਬੇਈਮਾਨ ਬੁਰਾ ਜ਼ਿਹਨ ਲੈ ਕੇ ਆਏਗਾ ਮੱਕਾ ਉੱਥੇ ਹੀ ਕੁਚਲ ਦੇਵੇਗਾ ਬੈਤੁੱਲਾ ਅੱਲਾ ਸੋਹਣਿਆ ਜਿੰਨੇ ਆਏ ਨੇ ਬੈਤੁੱਲਾ ਵਖਾ ਦਿਓ ਜੀ ਆਮੀਨ ਕਹਿ ਦਿਓ ਸਭ ਤੋਂ ਪਹਿਲਾਂ ਬੈਤੁੱਲਾ ਨਾਲ ਅੱਲਾ ਦੇ ਨੂਰਾਨੀ ਫਰਿਸ਼ਤਿਆਂ ਨੇ ਬੈਤੁੱਲਾ ਬਣਾਇਆ ਕਵੋ ਸੁਬਹਾਨ ਅੱਲਾ ਬੈਤੁੱਲਾ ਸਭ ਤੋਂ ਪਹਿਲਾਂ ਅੱਲਾ ਦੇ ਨੂਰਾਨੀ ਫਰਿਸ਼ਤਿਆਂ ਨੇ ਬੈਤੁੱਲਾ ਬਣਾਇਆ ਉਸ ਤੋਂ ਬਾਅਦ ਆਦਮ ਅਲੈਹਿ ਸਲਾਮ ਨੇ ਬੈਤੁੱਲਾ ਬਣਾਇਆ ਕਿਉਂਕਿ ਆਦਮ ਅਲੈਹਿ ਸਲਾਮ ਜ਼ਮੀਨ ਤੇ ਆਏ ਨਾ ਬਾਬਾ ਜੀ ਦਾ ਦਿਲ ਨਹੀਂ ਲੱਗਦਾ ਨਾਮ ਕਿਉਂਕਿ ਆਸਮਾਨ ਤੇ ਮੰਦਰ ਤੱਕ ਕੇ ਆਏ ਸਨ ਕਿ ਸੱਤਵੇਂ ਆਸਮਾਨ ਤੇ ਇੱਕ ਬੈਤੁੱਲ ਮਾਮੂਰ ਬੈਤੁੱਲ ਮਾਮੂਰ ਬੈਤੁੱਲ ਮਾਮੂਰ ਓਏ ਸੋਹਣਿਆ ਇਹ ਜਿਵੇਂ ਜ਼ਮੀਨ ਤੇ ਬੈਤੁੱਲਾ ਇਹਦੀ ਬਿਲਕੁਲ ਸੇਧ ਤੇ ਸੱਤਵੇਂ ਆਸਮਾਨ ਤੇ ਬੈਤੁੱਲ ਮਾਮੂਰ
ਇਹਦਾ ਤਵਾਫ ਇਨਸਾਨ ਪੈ ਕਰਦੇ ਨੇ, ਉਹਦਾ ਤਵਾਫ ਸੱਤਵੇਂ ਅਸਮਾਨ ਤੇ ਫਰਿਸ਼ਤੇ ਪੈ ਤਵਾਫ ਕਰਦੇ ਨੇ। ਦੂਸਰੀ ਮਰਤਬਾ ਜਨਾਬੇ ਆਦਮ ਅਲੈ ਸਲਾਮ ਨੇ ਬਣਾ ਦਿੱਤਾ, ਔਰ ਤੀਸਰੀ ਮਰਤਬਾ ਨਾ ਹਜ਼ਰਤ ਸ਼ੀਸ਼ ਅਲੈ ਸਲਾਮ ਇਹਨਾਂ ਆਪਣੇ ਸੋਹਣੇ ਹੱਥਾਂ ਨਾਲ ਇਸ ਬੈਤੁੱਲਾ ਨੂੰ ਬਣਾ ਦਿੱਤਾ। ਔਰ ਤਾਰਾ ਗੜ ਦੇ ਰਹਿਣ ਵਾਲਿਆਂ ਚੌਥੀ ਮਰਤਬਾ ਹਜ਼ਰਤ ਇਬਰਾਹੀਮ ਅਲੈ ਸਲਾਮ ਨੇ, ਔਰ ਬਾਪ ਮਿਸਤਰੀ ਬਣ ਗਿਆ ਤੇ ਬੇਟਾ ਮਜ਼ਦੂਰ ਬਣ ਗਿਆ। ਇੱਕ ਪੱਥਰ ਪਿੱਛੇ ਰਹਿ ਗਿਆ ਨਾ ਇਬਰਾਹੀਮ ਅਲੈ ਸਲਾਮ ਇਸਮਾਈਲ ਬੇਟਾ, ਉਹ ਪੱਥਰ ਵੀ ਲੈ ਗਿਆ ਤੇ ਇਸਮਾਈਲ ਪੈਗੰਬਰ ਨੇ ਪੱਥਰ ਚੁੱਕਿਆ ਨਾ ਲਿਆ ਕੇ ਬੈਤੁੱਲਾ ਦੇ ਕੋ ਰੱਖ ਦਿੱਤਾ। ਇਬਰਾਹੀਮ ਅਲੈ ਸਲਾਮ ਨੇ ਆਪ ਫੜਿਆ ਪੱਥਰ ਆਪ, ਓਏ ਹਜਰੇ ਅਸਵਦ ਦੀ ਸ਼ਾਨ ਦੇ ਕਿਆ ਕਹਿਣੇ, ਜਿਹਨੂੰ ਨਬੀ ਹੱਥ ਵੀ ਲਾਉਂਦੇ ਰਹੇ ਤੇ ਚੁੰਮਦੇ ਵੀ ਰਹੇ ਨੇ, ਨਬੀ ਹੱਥ ਵੀ ਲਾਉਂਦੇ ਰਹਿ ਤੇ ਚੁੰਮਦੇ ਵੀ ਰਹਿ। ਇਬਰਾਹੀਮ ਅਲੈ ਸਲਾਮ ਨੇ ਅਈ ਪੱਥਰ ਫੜਿਆ ਨਾ ਤੇ ਬੈਤੁੱਲਾ ਦੇ ਵਿੱਚ ਰੱਖਿਆ, ਇਹ ਪੱਥਰ ਵਿੱਚੋਂ ਇੰਜ ਕਰਕੇ ਨੂਰ ਦੀਆਂ ਚਮਕਾਂ ਨਿਕਲੀਆਂ। ਇਸਮਾਈਲ ਅਲੈ ਸਲਾਮ ਡਰ ਗਏ ਨਾ, ਉੱਤੋਂ ਆਵਾਜ਼ ਆਈ ਓ ਮੇਰੇ ਯਾਰ ਪਰੇਸ਼ਾਨ ਨਹੀਂ ਹੋਣਾ, ਜਿੱਥੋਂ ਤੱਕ ਰੋਸ਼ਨੀ ਜਾਏਗੀ ਅਸੀਂ ਬੈਤੁੱਲਾ ਦੀਆਂ ਹੱਦਾਂ ਮੁਕਰਰ ਕਰ ਦੇਵਾਂਗੇ, ਜਿੱਥੋਂ ਤੱਕ ਰੋਸ਼ਨੀਆਂ ਜਾਣਗੀਆਂ ਅਸੀਂ ਬੈਤੁੱਲਾ ਦੀਆਂ ਹੱਦਾਂ ਉੱਥੋਂ ਤੱਕ ਮੁਕਰਰ ਫਰਮਾ ਦਿਆਂਗੇ। ਓਏ ਪੰਜਵੀਂ ਮਰਤਬਾ ਨਾ ਪੰਜਵੀਂ ਮਰਤਬਾ ਕੌਮਿਆਂ ਮਾਲਕਾਂ ਨੇ ਬਣਾ ਦਿੱਤਾ, ਛੇਵੀਂ ਮਰਤਬਾ ਕੁਸਈ ਬਿਨ ਕਲਾਬ ਨੇ ਬਣਾ ਦਿੱਤਾ, ਹਾਰਸ ਬਿਨ ਮਦਾਦ ਨੇ ਬਣਾਇਆ, ਅਬਦੁੱਲਾ ਬਿਨ ਉਮਰ ਨੇ ਬਣਾਇਆ, ਇੱਕ ਦਫ਼ਾ ਮੱਕੇ ਵਾਲਿਆਂ ਬਣਾਇਆ। ਓਏ ਚੱਲਦਿਆਂ ਚੱਲਦਿਆਂ ਦਸਵੀਂ ਮਰਤਬਾ ਬੈਤੁੱਲਾ ਨੂੰ ਹਜਾਜ ਬਿਨ ਯੂਸਫ ਨੇ ਬਣਾ ਦਿੱਤਾ। ਕਿੰਨੇ ਬਣਾਇਆ? ਅੱਲਾਹ ਜਿੰਦੇ ਕੋਲੋਂ ਜਾਨ ਦੀਨ ਦਾ ਕੰਮ ਲੈ ਸਕਦੇ ਨੇ, ਅੱਲਾਹ ਜਾਨ ਕਿਸੇ ਦਾੜੀ ਮੋਨ ਕੋਲੋਂ ਬੇਨਮਾਜ਼ ਕੋਲੋਂ, ਅੱਲਾ ਕਿਸੇ ਦੁਨੀਆਦਾਰ ਕੋਲੋਂ ਵੀ ਅੱਲਾ ਕੰਮ ਲੈ ਸਕਦੇ ਨੇ। ਇਹ ਮਰਜ਼ੀਆਂ ਰੱਬ ਦੀਆਂ ਆਪਦੀ ਮਖਲੂਕ ਵਿੱਚੋਂ, ਆਪਦੀ ਮਖਲੂਕ ਵਿੱਚੋਂ ਜਿੰਦੇ ਕੋਲੋਂ ਜਾਨ ਅੱਲਾ ਸੋਨਾ ਕੰਮ, ਬੋਲੋ ਕੰਮ। ਸਿਹਾਬਾ ਵੀ ਸਨ ਭਾਵੇਂ ਥੋੜ੍ਹੇ ਹੀ ਸਨ, ਪਰ ਸੋਹਣੇ ਦਾ ਗੁਸਤਾਖ ਸੁਲਤਾ ਜੰਗਲ ਚ ਅੱਲਾ ਕੰਮ ਲੈਣ ਤੇ ਆਇਆ ਏ, ਤੇ ਜੰਗਲ ਦੇ ਸ਼ੇਰ ਕੋਲੋਂ ਨਬੀ ਦਾ ਗੁਸਤਾਖ ਮਰਵਾ ਦਿੱਤਾ। ਸੋਹਣੇ ਕੰਮ ਲੈਣ ਤੇ ਆਵੇ, ਕੰਮ ਲੈਣ ਤੇ ਆਵੇ, ਮੱਛਰ ਨੂੰ ਆਖੇ ਇੱਕ ਆਕੜ ਗਿਆ ਬੇਈਮਾਨ, ਮੱਛਰ ਗਿਆ ਮੱਛਰਾਂ ਤੂੰ ਨਿੱਕਾ ਜਿਹਾ ਏ, ਉਹ ਬੜਾ ਫੰਨੇ ਖਾਂ ਬਣਿਆ ਖੜਾ, ਨੱਕ ਚ ਦਾਖਲ ਹੋ ਕੇ ਦਿਮਾਗ ਚ ਆ ਜਾ, ਉਹ ਜਾਵੇ ਤੇ ਮੱਛਰ ਕੋਲੋਂ ਕੰਮ ਲੈ ਲਵੇ, ਉਹਦੇ ਹੱਥੋਂ ਨਮਰੂਦ ਮਰਵਾ ਦੇ।
ਓ ਰੱਬ ਕੰਮ ਲੈਣ ਤੇ ਆਵੇ, ਸ਼ਹਿਦ ਦੀਆਂ ਮੱਖੀਆਂ ਕੋਲੋਂ ਲੈ ਲਵੇ। ਹਜ਼ਰਤ ਆਸਮ ਕਹੋ ਰਜ਼ੀ ਅੱਲਾਹ ਤਾਲਾ ਨੂੰ, ਕਾਫਰਾਂ ਨੇ ਘੇਰਾ ਪਾ ਲਿਆ, ਦੁਸ਼ਮਣਾਂ ਨੇ ਤੀਰ ਸਾਹਮਣੇ ਕਰ ਦਿੱਤੇ ਨਾ, ਤਲਵਾਰਾਂ ਚੁੱਕ ਲਈਆਂ। ਕਹਿਣ ਲੱਗੇ ਓ ਆਸਿਮ, ਸੋਹਣੇ ਨਬੀ ਦੇ ਯਾਰ, ਬਾਹਾਂ ਖਲੀਆਂ ਕਰ ਦੇ, ਬਾਹਾਂ ਕਰ ਦੇ, ਵਰਨਾ ਧੀਰ ਆਇਆ ਈ ਤੇਰੇ ਵੱਲੇ, ਆਪਣੀ ਜਾਨ ਦੀ ਸਲਾਮਤੀ ਚੰਨ ਹੱਥ ਖੜੇ ਕਰ ਦੇ। ਜਿਵੇਂ ਅੱਜ ਕੱਲ ਅਸੀਂ ਆਨੇ ਆ ਕਿਸੇ ਨੂੰ ਬਾਈ ਹਥਿਆਰ ਸੁੱਟ ਦੇ, ਬਾਹਾਂ ਖਲੀਆਂ ਕਰ ਦੇ, ਸੋਨੇ ਦੇ ਯਾਰ ਵੇਖਿਆ, ਕਹਿਣ ਲੱਗੇ ਨਾ ਤੁਹਾਨੂੰ ਪਤਾ ਨਹੀਂ ਕਿ ਮੈਂ ਸਪਾਈ ਕਿੰਦਾ ਵਾਂ, ਜਿੰਦਾ ਨਾ ਏ ਮੁਹੰਮਦ, ਮੈਂ ਕਿਨੂੰ ਮੰਨਣ ਵਾਲਾ ਵਾਂ, ਉਹ ਜਿੰਦੇ ਸਾਹਮਣੇ ਦੁਸ਼ਮਣ ਦੀ ਫੌਜ ਆਈ ਨਾ, ਸਰਕਾਰ ਆਪਦੀ ਖੱਚਰ ਨੂੰ ਅੱਡੀ ਮਾਰ ਕੇ, ਅੰਧ ਕਰਕੇ ਛਾਲ ਮਾਰ ਕੇ ਮੈਦਾਨ ਚ ਗਏ ਨਾ। ਸਿਹਾਬਾ ਕਿਆ ਨਾ ਨਾ ਆ ਫਰਮਾਨ ਲੱਗੇ, ਮੇਰੇ ਘੋੜੇ ਦੇ ਅੱਗੇ ਵੀ ਨਾ ਨਾ, ਮੈਂ ਬੁਜ਼ਦਲ ਨਹੀਂ, ਮੈਂ ਬਹਾਦਰਾਂ ਦਾ ਬੇਟਾ ਬਹਾਦਰ, ਮੇਰੇ ਘੋੜੇ ਦੇ ਅੱਗੇ ਵੀ ਨਾ ਨਾ, ਓਏ ਤੁਹਾਨੂੰ ਪਤਾ ਨਹੀਂ ਮੈਂ ਕਿਹੜੇ ਖਾਨਦਾਨ ਵਿੱਚੋਂ ਆਂ, ਮੇਰਾ ਬਾਪ ਦਲੇਰ, ਓਏ ਮੇਰਾ ਚਾਚਾ ਵੀ ਦਲੇਰ, ਮੈਂ ਬਹਾਦਰਾਂ ਦੇ ਖਾਨਦਾਨ ਦਾ, ਤੁਹਾਨੂੰ ਪਤਾ ਨਹੀਂ ਕਿ ਮੈਂ ਮਨ ਨਾ ਕਿਨੂੰ ਆ, ਸਾਡਾ ਲੀਡਰ ਕੌਣ ਏ, ਸਾਡਾ ਕਾਇਦ ਕੌਣ ਏ। ਉਹ ਕਹਿਣ ਲੱਗੇ ਆਸਮ ਆਪਣੇ ਹੱਥ ਖੜੇ ਕਰ ਦੇ, ਆਖਿਆ ਜਾਨ ਤੇ ਜਾ ਸਕਦੀ ਏ ਨਾਮ, ਜਿਸਮ ਦੇ ਟੁਕੜੇ ਟੁਕੜੇ ਹੋ ਜਾਣਗੇ, ਪਰ ਆਸਮ ਹਥਿਆਰ ਦੁਸ਼ਮਣ ਦੇ ਸਾਹਮਣੇ ਨਹੀਂ ਸੁੱਟ ਸਕਦਾ। ਇਹਨੂੰ ਆਂਦੇ ਈਮਾਨ। ਹਜ਼ਰਤ ਜਾਫਰੇ ਤਿਆਰ ਕਹੋ ਰਜ਼ੀ ਅੱਲਾਹ ਤਾਲਾ ਅਨਹੁ, ਇਸਲਾਮ ਦਾ ਝੰਡਾ ਫੜੇ, ਇੱਕ ਬੇਈਮਾਨ ਕੋਲੋਂ ਨਾ ਵਾਰੇ ਖਾਦਾ ਨਾ, ਉਹਨੇ ਇੱਥੇ ਤਲਵਾਰ ਮਾਰੀ, ਇੱਥੇ ਤਲਵਾਰ ਮਾਰੀ, ਐ ਬਾਜ਼ੂ ਉੱਡ ਗਿਆ ਨਾ। ਹਜ਼ਰਤ ਜਾਫਰ ਨੇ ਸੋਚਿਆ ਜੇ ਝੰਡਾ ਡਿੱਗ ਪਿਆ ਤੇ ਕਾਫਰ ਬੇਈਮਾਨ ਮੁਸਕਰਾ ਪੈਣਗੇ, ਛੇਤੀ ਨਾਲ ਹੀ ਨਾਮ ਐ ਝੰਡਾ ਖੱਬੇ ਹੱਥ ਨਾਲ ਇੰਜ ਕਰਕੇ ਫੜ ਲਿਆ। ਇੱਧਰੋਂ ਇੱਕ ਬੇਈਮਾਨ ਹੋਰ ਮੌਕਿਆਂ ਪਾ ਕੇ ਆਇਆ ਨਾਮ, ਇਹ ਸਾਰੀ ਦੁਸ਼ਮਣੀ ਝੰਡੇ ਨਾਲ ਹੀ ਕਮਾਈ ਜਾਂਦਾ, ਏਡੇ ਗੋ ਏਡੇ ਗੋ, ਇਹਨੇ ਇੱਧਰੋਂ ਤਲਵਾਰ ਮਾਰੀ ਨਾ, ਇੱਥੋਂ ਬਾਦੋਂ ਕੱਟਿਆ ਗਿਆ ਛੇਤੀ ਨਾਲ ਹੀ ਨਾ। ਇਹਨਾਂ ਦੋਵਾਂ ਟੁੰਡਾਂ ਦੇ ਨਾਲ ਇਸਲਾਮ ਦਾ ਝੰਡਾ ਆਪਣੇ ਦਿਲ ਨਾਲ ਲਾ ਲੈਂਦੇ ਨੇ, ਆਖਿਆ ਜਾਨ ਤੇ ਜਾ ਸਕਦੀ ਏ ਨਾ, ਇਸਲਾਮ ਦਾ ਝੰਡਾ ਡਿੱਗਣ ਨਹੀਂ ਦਿਆਂਗੇ, ਕਿਉਂਕਿ ਇਹਨਾਂ ਨੂੰ ਤਰਬੀਅਤ ਦੇ ਤੇ ਮੇਰੇ ਪਾਕ ਮੁਹੰਮਦ ਦੀ ਸੱਲੱਲਾ ਅਲੈਹ ਸੱਲਮ। ਇੱਕ ਬੇਈਮਾਨ ਹੋਰ ਅੱਗੇ ਆਇਆ ਨਾ, ਉਹਨੇ ਤਲਵਾਰ ਮਾਰੀ ਨਾ, ਹਜ਼ਰਤ ਜਾਫਰ ਸ਼ਹੀਦ ਹੋ ਗਏ ਨਾ। ਸਿਹਾਬੀ ਨਸ ਕੇ ਅੱਗੇ ਆਇਆ ਨਾ, ਉਹਨੇ ਆਖਿਆ ਇੱਕ ਜਾਫਰ ਸ਼ਹੀਦ ਹੋ ਗਏ, ਅਸੀਂ ਟੁਕੜੇ ਟੁਕੜੇ ਸਾਰੇ ਹੋ ਸਕਦੇ ਹਾਂ, ਪਰ ਇਸਲਾਮ ਦਾ ਝੰਡਾ ਜ਼ਮੀਨ ਤੇ ਨਹੀਂ ਡਿੱਗਣ ਦਿਆਂਗੇ।
ਮੇਰੇ ਸੋਹਣੇ ਨਬੀ ਨਾ ਕਦੀ ਵੀ ਐਵੇਂ ਨਹੀਂ ਆਏ, ਕਦੀ ਵੀ ਭੋਲੇ ਭੋਲੇ ਖੜੇ ਹੋਏ। ਇਧਰੋਂ ਮੇਰੇ ਨਬੀ ਸਿਹਾਬਾ ਜਿਹੜੇ ਸਿਹਾਬਾ ਪਿੱਛੇ ਰਹਿ ਗਏ ਸਨ, ਉਹਨਾਂ 'ਚ ਬੈਠਿਆਂ ਬੈਠਿਆਂ ਅੱਖਾਂ 'ਚ ਪਾਣੀਆਂ ਲੱਗ ਪਏ, ਉੱਠ ਕੇ ਖੜੇ ਹੋਏ, ਤੁਰ ਪਏ ਮੇਰੇ ਪਾਕ ਮੁਹੰਮਦ ਸੱਲੱਲਾ ਅਲੈਹਿ ਸੱਲਮ। ਇਵੇਂ ਜਿਵੇਂ ਸਾਨੂੰ ਕੋਈ ਅਚਾਨਕ ਟੈਲੀਫੋਨ ਆਉਂਦਾ ਪਰੇਸ਼ਾਨੀ ਵਾਲਾ, ਅਸੀਂ ਪਰੇਸ਼ਾਨ ਹੋ ਜਾਂਦੇ ਹਾਂ, ਇਵੇਂ ਮੇਰੇ ਪਾਕ ਮੁਹੰਮਦ ਨੂੰ ਜਬਰੀਲ ਆ ਕੇ ਦੱਸ ਗਏ, ਸੋਹਣਿਆ ਤੁਹਾਡਾ ਜਾਫਰ ਮੈਦਾਨ 'ਚ ਸ਼ਹੀਦ ਹੋ ਗਿਆ। ਹਜ਼ਰਤ ਜਾਫਰ ਦੀ ਸ਼ਹਾਦਤ ਦੀ ਬਸ਼ਾਰਤ ਨਾ ਅੱਲਾ ਸਮਾਨ ਤੋਂ ਜਬਰੀਲ ਨੂੰ ਆਖਿਆ ਨਾ, ਜਾਂ ਮੇਰੇ ਯਾਰ ਨੂੰ ਦੱਸ ਕੇ ਆਣਾ। ਆਪ ਸਰਕਾਰ ਹਜ਼ਰਤ ਜਾਫਰ ਦੇ ਖਰੇ ਆਏ ਨਾ, ਆਪ ਫਰਮਾਨ ਲੱਗੇ ਜਾਫਰ ਦੀ ਬੀਵੀ ਤੁਹਾਡੇ ਬੱਚੇ ਕਿੱਥੇ ਨੇ, ਤੁਹਾਡੇ ਬੱਚੇ ਕਿੱਥੇ ਨੇ? ਉਹ ਆਂਦੀ ਮੈਂ ਸਦਕੇ ਜਾਵਾਂ, ਸੋਹਣੇ ਨਬੀ ਜੀ ਖੈਰ ਤੇ ਹੈ ਵੇ, ਰੋਂਦੇ ਪੈ ਜੇ। ਆ ਫਰਮਾਨ ਲੱਗੇ ਬੱਚਿਆਂ ਨੂੰ ਤੇ ਬੁਲਾ ਕੇ ਲਿਆ। ਹਜ਼ਰਤ ਜਾਫਰ ਦੀ ਬੀਵੀ ਬੱਚਿਆਂ ਨੂੰ ਲਿਆਂਦੀ, ਸਰਕਾਰ ਨੇ ਗੋਦੀ 'ਚ ਬਿਠਾ ਕੇ ਸਿਰ ਤੇ ਹੱਥ ਰੱਖਿਆ। ਆ ਫਰਮਾਨ ਲੱਗੇ ਜਾਫਰ ਦੀ ਬੀਵੀ, ਇਹ ਤੇਰੇ ਬੱਚੇ ਅੱਜ ਤੋਂ ਬਾਅਦ ਯਤੀਮ ਹੋ ਗਏ ਨੇ। ਤੇ ਜਾਫਰ ਦੀ ਬੀਵੀ ਰੋ ਪਈ ਨਾ, ਆਖਰ ਤੇ ਯਤੀਮ ਬੱਚਿਆਂ ਦੀ ਮਾਂ ਸੀ। ਆ ਫਰਮਾਨ ਲੱਗੇ ਪਰੇਸ਼ਾਨ ਨਾ ਹੋ, ਮੈਨੂੰ ਅੱਲਾ ਦੱਸਣ ਡਿਆ ਨੇ ਕਿ ਤੇਰੇ ਜਾਫਰ ਦੇ ਮੈਦਾਨ 'ਚ ਦੋਵੇਂ ਬਾਜ਼ੂ ਕੱਟੇ ਗਏ। ਅੱਲਾ ਨੇ ਦੋ ਪਰ ਲਾ ਦਿੱਤੇ ਨੇ, ਜੰਨਤ ਦੇ ਅੰਦਰ ਤੇਰਾ ਖਾਂਦ ਪਰਾਂ ਦੇ ਨਾਲ ਉੱਡਦਾ ਫਿਰਦਾ। ਹਜ਼ਰਤ ਆਸਮ ਕਹਿਣ ਲੱਗੇ, ਨਹੀਂ ਜਾਨ ਜਾਂਦੀ ਏ ਤੇ ਜਾਏ, ਹਥਿਆਰ ਸੁੱਟਣਾ ਪਰ ਨਾਲ ਦੁਆ ਮੰਗ ਲਈ। ਕੀ ਕਰ ਲਿਆ? ਦੁਆ ਤੋਂ ਵੱਡਾ ਹਥਿਆਰ ਕੋਨੀ ਜੇ। ਕਸਮੇ ਤਲਵਾਰ ਦੀ ਧਾਰ ਵੀ ਓਨੀ ਤੇਜ਼ ਨਹੀਂ ਜਿੰਨੀ ਦੁਆ ਦੀ ਰਫਤਾਰ ਤੇਜ਼ ਹੁੰਦੀ ਏ। ਹਜ਼ਰਤ ਆਸਮ ਕਹਿਣ ਲੱਗੇ, ਅੱਲਾ ਸੋਹਣਿਆ ਹੁਣ ਇਹਨਾਂ ਮੈਨੂੰ ਮਾਰਨਾ ਏ, ਮੈਨੂੰ ਪਤਾ ਏ ਉਹ ਮਾਈ ਨੇ ਮੰਤ ਮੰਨੀ ਏ, ਨਜ਼ਰ ਮੰਨੀ ਏ। ਆਸਮ ਦੇ ਸਿਰ ਦੀ ਖੋਪਣੀ ਲਾ ਕੇ ਉਹਦੇ 'ਚ ਸ਼ਰਾਬ ਪਾ ਕੇ ਪੀਣੀ ਏ, ਕਿਉਂਕਿ ਮੈਂ ਇਹਨਾਂ ਦੇ ਖਾਮਦ ਨੂੰ ਜਾਂ ਬਾਪ ਨੂੰ ਬਦਰ ਦੇ ਮੈਦਾਨ 'ਚ ਮੈਂ ਮਾਰਿਆ ਸੀ, ਇਹਨੇ ਮੰਤ ਮੰਨੀ ਏ। ਅੱਲਾ ਸੋਹਣਿਆ ਮੈਂ ਤੇਰੇ ਰਾਹ 'ਚ ਜਾਣ ਦੇ ਲੱਗਾ ਵਾਂ, ਇੱਕ ਮੇਰੀ ਮਨ ਲਵੀਂ ਕਿ ਮੇਰੀ ਲਾਸ਼ ਦੀ ਹਿਫਾਜ਼ਤ ਫਰਮਾ ਲਵੀਂ। ਇਧਰੋਂ ਸ਼ਹੀਦ ਹੋਏ ਨਾ, ਉਧਰੋਂ ਆਸਮਾਨ ਵਾਲੇ ਜੋ ਮੈਂ ਦੱਸਣ ਲੱਗਾ, ਅੱਲਾ ਜਿੰਦੇ ਕੋਲੋਂ ਜਾਣ ਬੋਲੋ ਦੀਨ ਦਾ ਕੰਮ, ਸਾਰੇ ਬੋਲੋ ਅੱਲਾ ਜਿੰਦੇ ਕੋਲੋਂ ਜਾਣ ਦੀਨ ਦਾ ਕੰਮ ਲੈ ਸਕਦੇ ਨੇ। ਅੱਲਾ ਨੇ ਉਸੇ ਟਾਈਮ ਸ਼ਹਿਦ ਦੀ ਮੱਖੀਆਂ ਨੂੰ ਆਖਿਆ, ਤੁਹਾਡਾ ਰੱਬ ਪਿਆ ਬੋਲਣਾ ਵਾ, ਜਲਦੀ ਨਾਲ ਹੀ ਜਾ ਕੇ ਮੇਰੇ ਸੋਹਣੇ ਦੇ ਯਾਰ ਦੀ ਲਾਸ਼ ਦਾ ਪੈਰਾ ਦੇਣ ਲੱਗ ਪਵੋ।
ਅੱਲਾ ਜਿੰਦੇ ਕੋਲੋਂ ਜਾਣ ਅੱਲਾ ਕੰਮ ਲੈ ਸਕਦਾ ਏ ਨਾ। ਹਜਾਜ ਬਿਨ ਯੂਸਫ ਓਏ ਤਾਰਾ ਗੜਦੇ ਰਹਿਣ ਵਾਲੇ ਜਰਾ ਮੇਰੇ ਵੱਲੇ ਤੱਕ ਓਏ ਦੱਸਾਂ ਕੌਣ ਹਜਾਜ ਜਿਨੇ ਆਪਣੇ ਹੱਥਾਂ ਨਾਲ ਕਈਆਂ ਸਿਹਾਬਾਂ ਨੂੰ ਮਾਰਿਆ ਨਾ। ਇਹਦਾ ਨਾਂ ਹਜਾਜ ਇੱਥੋਂ ਤੱਕ ਨੇ ਕਈਆਂ ਸਿਹਾਬਾਂ ਦੀਆਂ ਆਪ ਗਰਦਨਾਂ ਲਾਈਆਂ ਸੀ ਲੇਕਿਨ ਬਣਾਇਆ ਬੈਤੁੱਲਾ ਸੋ ਬਣਾਇਆ ਕੀ ਸੋ ਅੱਲਾ ਜਿੰਦੇ ਕੋਲੋਂ ਜਾਨ ਅੱਲਾ ਦੀਨ ਦਾ ਕੰਮ ਲੈ ਸਕਦੇ ਨੇ। ਤੁਹਾਨੂੰ ਪਤਾ ਹੈ ਹਜਾਜ ਕੌਣ ਹੈ? ਗੁਨਹਗਾਰੋ ਇੱਕ ਵਾਰੀ ਮੇਰੇ ਵੱਲੇ ਵੇਖੋ ਜਿਹੜੇ ਗੁਨਹਗਾਰ ਬੈਠੇ ਹੋ, ਗੁਨਹਗਾਰ ਬੈਠੇ ਹੋ ਕਿ ਨਹੀਂ ਬੈਠੇ ਹੋ? ਜਿਸ ਦਿਨ ਖਿਆਲ ਆ ਗਿਆ ਵੀ ਮੈਂ ਨੇਕ ਹਾਂ ਸਮਝੀ ਅੱਜ ਮੇਰੀ ਹਲਾਕਤ ਦਾ ਪਹਿਲਾ ਦਿਨ ਅੱਜ ਹੈ, ਤੈਨੂੰ ਜਿਸ ਦਿਨ ਖਿਆਲ ਆ ਗਿਆ ਤੈਨੂੰ ਲੋਕ ਭੈੜੇ ਲੱਗਣ ਲੱਗ ਪਏ, ਗੁਣਗਾਰ ਲੱਗਣ ਲੱਗ ਪਏ, ਆਪੇ ਆਪ ਨੂੰ ਚੰਗਾ ਸਮਝਣ ਲੱਗ ਪਾਵੇਂ ਵੀ ਮੈਂ ਨੇਕ ਹਾਂ ਸਮਝੀ ਵੀ ਅੱਜ ਤੋਂ ਕੰਮ ਖਰਾਬ ਹੋਣਾ ਸ਼ੁਰੂ ਹੋ ਗਿਆ। ਅੱਲਾ ਗੁਨਹਗਾਰੋ ਸਿਆਹਕਾਰੋ ਜਿੰਨੇ ਇਸ ਟਾਈਮ ਤੁਸੀਂ ਬੈਠੇ ਹੋ ਇਹਨਾਂ ਵਿੱਚੋਂ ਸਭ ਤੋਂ ਵੱਡਾ ਗੁਨਹਗਾਰ ਤੁਹਾਡੇ ਸਾਹਮਣੇ ਮੈਂ ਬੈਠਾ। ਹਜਾਜ ਰੋ ਪੈ ਮਾਂ ਦੀ ਕੀ ਗੱਲ ਏ, ਆਂਦਾ ਅੰਮੀ ਲੱਗਦਾ ਮਰਨ ਲੱਗਾ ਬਿਮਾਰ, ਮਾਂ ਦੀ ਕਿਹੜਾ ਮੂੰਹ ਲੈ ਕੇ ਰੱਬ ਦੇ ਕੋਲ ਜਾਏਗਾ? ਤੂੰ ਨੇਕੀ ਵੀ ਕੀਤੀ, ਤੂੰ ਸਿਹਾਬਾਂ ਨੂੰ ਕਿੰਨੇ ਮਾਰਿਆ, ਹੌਦੇ ਕੌਸਰ ਤੇ ਨਬੀ ਪਾਕ ਨੂੰ ਕੀ ਮੂੰਹ ਵਿਖਾਏਗਾ, ਰੱਬ ਨੂੰ ਕੀ ਮੂੰਹ ਵਿਖਾਏਗਾ? ਸੁਣੀ ਗਏ ਸੁਣੀ ਗਏ ਕਹਿਣ ਲੱਗੇ ਅੰਮੀ ਇੱਕ ਗੱਲ ਦੱਸਦੀ ਹੋ? ਹਾਂ ਪੁੱਛ। ਕਹਿਣ ਲੱਗੇ ਅੰਮੀ ਅੱਗ ਦੀਆਂ ਲਾਈਟਾਂ ਇੱਥੇ ਬਾਲ ਦੇਈਏ ਤੇ ਤੂੰ ਕੋਲ ਬਹਿ ਜਾ, ਮੈਂ ਅੱਗ 'ਚ ਛਾਲ ਮਾਰਨਾ ਬਰਦਾਸ਼ਤ ਕਰ ਲੈਂਗੀ। ਆਉਂਦੀ ਚੁੱਪ ਕਰ ਹਜਾਜ, ਤੇਰੀ ਮਾਂ ਜ਼ਿੰਦਾ ਹੋਵੇ ਤੇ ਤੂੰ ਅੱਗ 'ਚ ਜਾਏ, ਤੇਰੇ ਅੱਗ 'ਚ ਜਾਣ ਤੋਂ ਪਹਿਲੇ ਮੈਂ ਨਾ ਛਾਲਾ ਮਾਰਦੇ ਹਾਂ। ਆਖਿਆ ਮੀ ਫਿਰ ਸਬਰ ਕਰ, ਜਿੰਦਾ ਮੈਂ ਮੁਜਰਮ ਹਾਂ, ਜਿਸ ਰੱਬ ਦਾ ਮੈਂ ਮੁਜਰਮ ਹਾਂ, ਜਿੰਦਾ ਮੈਂ ਮੁਜਰਮ ਹਾਂ। ਅੰਮੀ ਤੁਹਾਡੇ ਵਰਗੀਆਂ ਕਰੋੜਾਂ ਵੀ ਹੋਣ ਤੇ ਤਾਂ ਵੀ ਘਰਾਂ ਪਿਆਰ ਕਰਦਾ। ਇੱਕ ਉਹਦਾ ਅੱਲਾ ਦੇ ਬਾਰੇ ਹੁਸਨੇ ਜ਼ਨ ਸੀ, ਅੱਲਾ ਦੇ ਬਾਰੇ ਚ ਇੱਥੋਂ ਸਾਨੂੰ ਵੀ ਅੱਲਾ ਦੇ ਬਾਰੇ ਹੁਸਨੇ ਜ਼ਨ ਐਵੇਂ ਰੱਖੋ, ਪਰ ਰੱਖਿਆ ਜੇ ਨਮਾਜ਼ਾਂ ਪੜ੍ਹ ਕੇ, ਰੋਜ਼ੇ ਰੱਖ ਕੇ, ਜ਼ਕਾਤਾਂ ਦੇ ਕੇ। ਅੱਲਾ ਐਡਾ ਹਜਾਜ ਨੂੰ ਡਰ ਸੀ, ਇੰਨਾ ਡਰ ਸੀ, ਆਪਦੇ ਨਾਲ ਰਿਸ਼ਤੇਦਾਰ ਨੂੰ ਬੁਲਾ ਕੇ ਆਂਦਾ ਮੈਂ ਮਰ ਜਾਵਾਂ ਨਾ ਮੈਨੂੰ ਕਬਰ 'ਚ ਰਾਤ ਨੱਪਣਾ, ਰਾਤ ਫਿਰ ਆਂਦਾ ਰਾਤ ਨੱਪਣਾ ਲੋਕਾਂ ਦੇ ਕੋਲ ਦਫਨਾ ਕੇ ਨਾ, ਵਿੱਚੋਂ ਚੰਦ ਬੰਦੇ ਖਾਸ ਬੁਲਾ ਕੇ ਆਂਦਾ ਕਦੋਂ ਲੋਕ ਪਿਛਾਂ ਕਰੋ ਕਰੀ ਮੋੜ ਆਣ ਤੇ ਰਾਤੋਂ ਰਾਤ ਹੀ ਜਾ ਕੇ ਮੇਰੀ ਕਬਰ ਦਾ ਨਿਸ਼ਾਨ ਮਿਟਾ ਦੇਣਾ।
ਮੈਨੂੰ ਇੰਨਾ ਡਰ ਲੱਗਦਾ ਕੋਈ ਮੇਰੀ ਕਬਰ ਨਾ ਆ ਕੇ ਪਲਟ ਕੇ ਮੈਨੂੰ ਬਾਹਰ ਨਿਕਾਲ ਲਵੇ। ਏਡਾ ਉਹਨੂੰ ਡਰ ਲੱਗਦਾ ਪਿਆ, ਏਡਾ ਵੱਡਾ ਗੁਨਹਗਾਰ, ਏਡਾ ਵੱਡਾ ਮੁਜਰਮ, ਲੇਕਿਨ ਉਹ ਦੀਨ ਦਾ ਕੰਮ ਲੈਣ ਤੇ ਉਹਨੇ ਇਹਦੇ ਕੋਲੋਂ ਆਪਣਾ ਘਰ ਬੈਤੁੱਲਾ ਬਣਵਾ ਲਿਆ। ਐਵੇਂ ਨਾ ਫਤਵੇ ਲੈ ਕਰ ਕੋਈ ਬੰਦਾ ਵਿਚਾਰਾ ਪੈਸਾ ਦੇ ਦੇਵੇ ਕੋਈ ਗੁਨਹਗਾਰ ਕੋਈ ਪੈਸਾ ਇਕੱਲੇ ਮਸੀਤ ਤੇ, ਫਿਰ ਆਹ ਫਤਵੇ ਲਾਣਗੇ ਤਾਂ ਬੰਦਾ ਜੀ ਗੁਨਹਗਾਰ, ਇਹਦੇ ਪੈਸੇ ਨਾ ਲਾਓ ਜੀ, ਇਹਦੇ ਪੈਸੇ ਨਾ ਲਾਓ ਜੀ। ਔਰ ਰਿਜ਼ਕੇ ਹਲਾਲ ਹੋਣ ਨਾ, ਰਿਜ਼ਕੇ ਹਲਾਲ ਤੇ ਕਲਮਾ ਗੋ ਹੋਵੇ ਨਾ, ਤੇ ਨਾ ਉਹਨੂੰ ਉਹਨੂੰ ਕਦੀ ਤਾਨਾ ਮਿਹਣਾ ਨਾ ਮਾਰੀ। ਸੁਣ ਲਓ ਧਿਆਨ ਨਾਲ, ਅੱਲਾ ਆਪਣੇ ਦੀਨ ਦਾ ਕੰਮ ਜਿਹਦੇ ਕੋਲੋਂ ਚਾਹ ਅੱਲਾ ਲੈ ਸਕਦਾ। ਓਏ ਉਹਨੂੰ ਤਾਂ ਪਿਆਰ ਹੀ ਬੜਾ ਆਪਣੇ ਬੰਦਿਆਂ ਨਾਲ। ਮੌਲਾਨਾ ਅਬਦੁੱਲਾ ਗੁਰਦਾਸਪੁਰੀ ਰਹਿਮਤੁੱਲਾ ਅਲੈ ਗੱਲ ਸੁਣਾਉਣ ਲੱਗੇ ਕਿ ਪਿੰਡ 'ਚ ਚੋਰ ਪੈ ਗਿਆ, ਡਾਕੂ ਪੈ ਗਿਆ, ਸ਼ੋਰ ਪੈ ਗਿਆ ਵੀ ਚੋਰ ਡਾਕੂ। ਇੱਕ ਡਾਕੂ ਭੱਜਿਆ, ਉਹਨੇ ਮੌਕਾ ਪਾਇਆ, ਤੈਨੂੰ ਵੇਖਿਆ ਵੀ ਦੀਵਾਰ ਨਿੱਕੀ ਮਸੀਤ ਦੀ, ਉਹਨੇ ਮਾਰੀ ਛਾਲ ਤੇ ਮਸੀਤੇ। ਹੈ ਡਾਕੂ ਏ ਚੋਰ ਏ, ਬੰਦਿਆਂ ਆਖਿਆ ਲੈ ਵੀ ਇਹਨੂੰ ਗਿਆ ਲੱਭੋ। ਉਹਨਾਂ ਵੇਖਿਆ ਤੇ ਕੋ ਬੰਦਾ ਬਾਹਰ ਨਮਾਜ਼ ਪਿਆ ਪੜਦਾ, ਉਹਨਾਂ ਕਹਿੰਦਾ ਫੜੋ ਜੇ ਹੋਈ ਚੋਰ 'ਚ। ਹੁਣ ਉਹ ਕਦੀ ਅੱਖਾਂ ਭੰਨੇ, ਕਦੀ ਕੰਨ ਲਾਵੇ, ਕੋਲੋਂ ਸਿਆਣਾ ਬੰਦਾ ਬੋਲਿਆ ਵੱਡਾ, ਕੋਈ ਸਿਆਣਾ ਬੋਲਿਆ ਵੱਡਾ, ਉਹਨੇ ਕਿਹਾ ਅਕਲ ਦਾ ਇਲਾਜ ਕਰਾਓ, ਭਲਾ ਡਾਕੂਆਂ ਦਾ ਨਮਾਜ਼ ਕਦੀ ਪੜ੍ਹੀ, ਭਲਾ ਕਦੀ ਡਾਕੂਆਂ ਨਮਾਜ਼ ਪੜ੍ਹੀ, ਸਿਆਣੇ ਬਣੋ ਸਿਆਣੇ। ਇਹ ਰਾਈ ਮੁਸਾਵਰ ਕੋਈ ਨਮਾਜ਼ ਪੜ੍ਹਦਾ ਪੈ ਧੱਜਤ ਦੀ ਨਮਾਜ਼ ਨੀਤੀ ਖੜਾ ਕੁਛ ਨਾ। ਸੁਣੀ ਗਿਆ ਸੁਣੀ ਗਿਆ ਸੁਣੀ ਗਿਆ, ਬੰਦੇ ਚਲੇ ਗਏ ਆਖਣ ਕਰਕੇ ਅੱਖਾਂ ਫੇਰ ਕਿਵੇਂ ਦਾ, ਲੋਕ ਚਲੇ ਗਏ ਨੇ, ਸਨਾਟਾ ਛਾਇਆ ਚਲੇ ਗਏ ਨੇ, ਹੁਣ ਰੋ ਪੈਂਦਾ ਹੁਣ ਰੋ ਪੈਂਦਾ। ਆਂਦਾ ਸੁਣ ਅੱਲਾ ਝੂਠੀ ਮੂਠੀ ਖੜਾ ਸਾਂ ਤੇ ਐਬਾਂ ਤੇ ਪਰਦੇ ਪਾ ਲਈ, ਮੈਂ ਤੇ ਝੂਠੀ ਮੂਠੀ ਖੜਾ ਸਾਂ ਤੇ ਆਪਦੇ ਅੱਲਾ ਸੋਹਣਿਆ ਗੁਣਗਾਰ ਦੇ ਐਬਾਂ ਤੇ ਪਰਦੇ ਪਾ ਲਈ। ਝੂਠੀ ਮੂਠੀ ਖੜਾ ਸਾਂ ਮੈਨੂੰ ਬਚਾ ਲਿਆਈ ਅੱਲਾ ਸੋਹਣਿਆ, ਕਦੀ ਮੈਂ ਸੱਚੀ ਮੁੱਚੀ ਖੋਵਾਂ ਤੇ ਕਿੰਨਾ ਪਿਆਰ ਕਰੇਗਾ। ਮੈਂ ਤੇ ਐਵੇਂ ਝੂਠੀ ਮੂਠੀ ਖੜਾ ਸਾਂ ਜਾਨ ਬਚਾਉਣ ਲਈ ਤੇ ਮੈਨੂੰ ਬਚਾ ਲਿਆਈ ਐਬਾਂ ਤੇ ਪਰਦੇ ਪਾ ਲਈ ਅੱਲਾ ਸੋਹਣਿਆ, ਸੱਚੀ ਮੁੱਚੀ ਖੋਵਾਂ ਤੇ ਕਿੰਨਾ ਪਿਆਰ ਕਰੇਗਾ। ਓਏ ਤਾਰਾ ਗੜਦੇ ਰਹਿਣ ਵਾਲਿਆ ਤੂੰ ਮੁਸਲਮਾਨ ਦੇ ਐਬ ਤੇ ਪਰਦਾ ਪਾਇਆ ਕਰ। ਸੁਣ ਬੁਖਾਰੀ ਦੀ ਹਦੀਸ, ਸੋਹਣੇ ਨਬੀ ਆਖਿਆ ਨਾ ਇੱਕ ਬੰਦਾ ਅੱਲਾ ਪਾਕ ਦੇ ਸਾਹਮਣੇ ਆਏਗਾ ਨਾ ਗੁਨਹਗਾਰ ਬੜਾ ਏ ਨਾ ਸਿਆਹਕਾਰ ਬੜਾ, ਅੱਲਾ ਪਾਕ ਇਹਨੂੰ ਅੱਗੇ ਬੁਲਾ ਲੈਣਗੇ, ਅੱਲਾ ਦੇ ਕਰੀਬ ਆਏਗਾ, ਅੱਲਾ ਪਾਕ ਇਸ ਗੁਨਹਗਾਰ ਨੂੰ ਰਹਿਮਤ ਦੀ ਬੁੱਕਲ 'ਚ ਲੈ ਲੈਣਗੇ। ਅੱਲਾ ਪਾਕ ਫਰਮਾਨਗੇ ਫਲਾਣਾ ਗੁਨਾਹ ਕੀਤਾ ਈ ਡਰੀ ਵੀ ਜਾਂਦਾ ਏ ਤੇ ਕੰਬੀ ਵੀ ਜਾਂਦਾ, ਹਾਂ ਯਾ ਅੱਲਾ ਕੀਤਾ ਫਲਾਂ ਗੁਨਾ ਯਾ ਅੱਲਾ ਕੀਤਾ। ਅੱਲਾ ਪਾਕ ਫਰਮਾਨਗੇ ਹੁਣ ਡਰਨਾ ਕਿਉਂ ਏ ਕੰਬਣਾ ਕਿਉਂ ਏ, ਆਂਦਾ ਅੱਲਾ ਸੋਹਣਿਆ
ਸਾਰੇ ਦੁਨੀਆਂ ਦੇ ਸਾਹਮਣੇ ਅੱਜ ਮੈਨੂੰ ਨੰਗੀਆਂ ਕਰ ਦੇਵੇਗਾ, ਮੈਂ ਤੇ ਜ਼ਲੀਲ ਹੋ ਜਾਵਾਂਗਾ। ਅੱਲਾ ਪਾਕ ਫਰਮਾਨਗੇ, ਬੁਖਾਰੀ ਦੀ ਹਦੀਸ ਸੁਣ ਲਓ ਧਿਆਨ ਨਾਲ, ਓਏ ਮੇਰੇ ਬੰਦੇ, ਤੂੰ ਫਲਾਂ ਫਲਾਂ ਬੰਦੇ ਨੂੰ ਗੁਨਾਹ ਕਰਦਿਆਂ ਵੇਖਿਆ ਸੀ ਨਾ, ਯਾ ਫਲਾਂ ਬੰਦੇ ਦਾ ਫਲਾਣਾ ਐਬ ਤੈਨੂੰ ਪਤਾ ਸੀ ਨਾ? ਹਾਂ ਯਾ ਅੱਲਾ ਪਤਾ ਸੀ, ਅੱਗੇ ਦੱਸਿਆ ਕਿਉਂ ਨਹੀਂ? ਹੋ ਅੱਲਾ ਸੋਹਣਿਆ, ਮੁਸਲਮਾਨ ਦੀ ਇੱਜ਼ਤ ਸਮਝ ਕੇ ਪਰਦਾ ਪਾ ਗਿਆ ਵਾ। ਅੱਲਾ ਪਾਕ ਫਰਮਾਨਗੇ, ਤੂੰ ਮੇਰਾ ਬੰਦਾ ਹੋ ਕੇ ਮੇਰੇ ਬੰਦਿਆਂ ਦੇ ਐਬ ਛੁਪਾ ਗਿਆ ਸਾਂ, ਮੈਂ ਰਹਿਮਾਨ ਹੋ ਕੇ ਤੇਰੇ ਸਾਰੇ ਐਬਾਂ ਤੇ ਪਰਦੇ ਪਾ ਦਿੱਤੇ, ਜੋ ਕਰਕੇ ਆਏ ਨਾ ਤੈਨੂੰ ਮੁਆਫ ਕਰ ਦਿੱਤਾ ਹੈ ਨਾ, ਜਾਂ ਜੰਨਤ ਅਲਾਟ ਕਰ ਦਿੱਤੀ। ਇਸ ਵਾਸਤੇ ਓਏ ਮੁਸਲਮਾਨ ਦੇ ਐਬਾਂ ਤੇ ਪਰਦੇ ਪਾ ਲੈ। ਓਏ ਦਸਵੀਂ ਮਰਤਬਾ ਹਜਾਜ ਬਿਨ ਯੂਸਫ ਇਹਨੇ ਬੈਤੁੱਲਾ ਬਣਾ ਦਿੱਤਾ, ਔਰ ਯਾਰਵੀਂ ਮਰਤਬਾ ਇਸ ਟਾਈਮ ਜੋ ਬੈਤੁੱਲਾ ਦੀ ਤਮੀਰ ਹੈ ਨਾ, ਇਹ ਕੁਛ ਤੁਸ ਦੁਨੀਆਂ ਦਾ ਹੁਕਮਰਾਨ, ਇਹਦਾ ਨਾਂ ਸੁਲਤਾਨ ਇਬਨ ਅਹਿਮਦ, ਇਹਨੇ ਆਪਣੇ ਹੱਥਾਂ ਦੇ ਨਾਲ ਇਸ ਬੈਤੁੱਲਾ ਨੂੰ ਬਣਾ ਦਿੱਤਾ। ਅੱਲਾ ਸੋਹਣਿਆ, ਇਹ ਜਿੰਨੇ ਆਏ ਨੇ ਬਾਰ ਬਾਰ ਬੈਤੁੱਲਾ ਵਿਖਾ ਦੇ, ਇੱਕ ਵਾਰੀ ਤੁਸੀਂ ਉੱਚੀ ਆਮਿਨ ਕਹਿ ਦਿਓ। ਅੱਲਾ ਸੋਹਣਿਆ, ਇਹ ਜਿੰਨੇ ਆਏ ਨੇ ਬਾਰ ਬਾਰ ਮੱਕਾ ਮਦੀਨਾ ਵਿਖਾ ਦੇ, ਓਏ ਕਿਹੜਾ ਮੱਕਾ ਕਿਹੜਾ ਮਦੀਨਾ, ਓਏ ਕਿਹੜਾ ਬੈਤੁੱਲਾ। ਹੁਣ ਜ਼ਰਾ ਚੰਦ ਮਿੰਟ ਮੇਰੇ ਵੱਲੇ ਤੱਕਣਾ, ਇਹ ਸ਼ਾਨ ਤੇ ਬੈਤੁੱਲਾ ਦੀ, ਇਹ ਸ਼ਾਨ ਤੇ ਅੱਲਾ ਦੇ ਕਾਰਖਾਨਾ ਕਾਬਾ ਦੀ, ਉਤੋਂ ਆਵਾਜ਼ ਆਉਂਦੀ। ਓਏ ਦੁਨੀਆ ਵਾਲਿਓ ਸੁਣ ਲਓ, ਜਿਵੇਂ ਤੁਹਾਡੇ ਪਿੰਡ ਦੇ ਤਾਰਾ ਗੜ ਦਾ ਚੌਧਰੀ ਬੰਦਾ, ਸਰਦਾਰ ਬੰਦਾ ਨਾ, ਡੇਰੇਦਾਰ ਬੰਦਾ, ਜ਼ਮੀਨਾਂ ਵਾਲਾ ਕੋਠੀਆਂ ਵਾਲਾ, ਜਿਵੇਂ ਆਏਗਾ ਉਤੋਂ ਆਵਾਜ਼ ਆਉਂਦੀ, ਓਏ ਚੌਧਰੀਆ ਸੁਣ ਲੈਣਾ, ਜਿਵੇਂ ਤੁਹਾਡੇ ਪਿੰਡ ਦਾ ਰੇੜੀ ਵਾਲਾ ਕੰਮੀ ਕਾਰ ਮਾੜਾ ਬੰਦਾ ਆਏਗਾ, ਦੋ ਚਾਦਰਾਂ ਪਾ ਕੇ ਤੁਵੀਂ ਉਵੇਂ ਫਕੀਰ ਬਣ ਕੇ ਆਵੇਗਾ। ਜਿਵੇਂ ਮਾੜਾ ਆ ਰਿਹਾ ਹੈ ਨਾ, ਓਏ ਤਗੜਿਆ ਤੂੰ ਵੀ ਉਵੇਂ ਆਉਣਾ ਹੈ। ਓਏ ਤਗੜਿਆ ਆਪਣੀਆਂ ਪੱਗਾਂ ਲਾ ਕੇ ਆਉਣਾ ਹੈ, ਆਪਣੀ ਸਰਦਾਰੀ ਵਾਲੀ ਪੱਗ ਪਿੱਛੇ ਲਾ ਕੇ ਮਿਕਾ ਤੂੰ ਅੱਗੇ ਨਾ ਆਈ ਨਾ, ਆਪਣੀ ਸਰਦਾਰੀ ਵਾਲੀ ਪੱਗ ਇਹ ਮਿਕਾ ਤੂੰ ਅੱਗੇ ਪਾ ਕੇ ਨਹੀਂ ਆਉਣੀ, ਮਿਕਾ ਤੇ ਆਏਗਾ ਮੁਜਰਮ ਬਣ ਕੇ ਪੇਸ਼ ਹੋਣਾ ਹੈ, ਆਪਣੇ ਆਪ ਨੂੰ ਮੁਜਰਮ ਬਣਾ ਕੇ ਲਿਆਉਣਾ ਹੈ, ਮਿਕਾ ਤੇ ਅੱਗੇ ਪੱਗ ਬੰਨ ਕੇ ਨਹੀਂ ਆਉਣਾ, ਮਿਕਾ ਤੋਂ ਅੱਗੇ। ਓਏ ਖਬਰਦਾਰ ਆਪਣੇ ਜਿਸਮ ਤੋਂ ਵਾਲ ਪੱਟ ਕੇ ਨਹੀਂ ਆਉਣਾ, ਓਏ ਮਿਕਾ ਤੋਂ ਅੱਗੇ ਇਹਰਾਮ ਦੀਆਂ ਚਾਦਰਾਂ ਪਾ ਕੇ ਨਾ। ਓਏ ਤੇਰੀ ਬੀਵੀ ਉਹ ਤੇਰੇ ਤੇ ਹਲਾਲ, ਹੁਣ ਉਹਦੇ ਵੱਲੇ ਹੁਣ ਉਹ ਜ਼ੇਨ ਨਾਲ ਵੇਖੀ ਵੀ ਨਾ, ਹੁਣ ਤੂੰ ਇਹਰਾਮ ਪਾ ਲਿਆ ਮਿਕਾ ਤੋਂ ਅੱਗੇ। ਆਪਣੀ ਜ਼ੁਬਾਨ ਚੋਂ ਕਿਸੇ ਮੁਸਲਮਾਨ ਦਾ ਗਿਲਾ ਨਾ ਕਰੀ, ਓਏ ਮਿਕਾ ਤੂੰ ਅੱਗੇ ਪੈਰ ਨਾ ਰੱਖੀ, ਜਦ ਤੱਕ ਇਹਰਾਮ ਪਾ ਲਿਆ ਹੀ, ਹੁਣ ਆਪਣੀ ਜ਼ੁਬਾਨ ਚੋਂ ਕਿਸੇ ਮੁਸਲਮਾਨ ਦਾ ਗਿਲਾ ਨਾ ਕਰੀ, ਇਹਰਾਮ ਪਾ ਕੇ ਓਏ ਮਿਕਾ ਤੂੰ ਅੱਗੇ ਆਈ, ਆਪਣੇ ਹੱਥ ਨਾਲ ਕੋਈ ਦਰਿੰਦਾ ਕੋਈ ਪਰਿੰਦਾ ਉਹਨੂੰ ਸ਼ੈ ਸੋਟੀ ਵਟਾ ਨਾ ਮਾਰੀ। ਅੱਲਾ ਸੋਹਣਿਆ, ਇੰਨੀਆਂ ਸਖਤੀਆਂ ਕਿਉਂ ਨੇ ਆਖਿਆ ਮੁਜਰਮ ਬਣ ਕੇ ਆ ਰਹੇ ਹੋ?
ਮੁਜਰਮ ਬਣ ਕੇ ਆ ਰਹੇ ਹੋ, ਮੁਜਰਮ ਬਣ ਕੇ ਆ ਰਹੇ ਹੋ। ਬੰਦਾ ਹੈਰਾਨ ਦੀਆਂ ਚਾਦਰਾਂ ਪਾ ਕੇ ਆਉਂਦਾ ਆਉਂਦਾ ਲੱਭਈ ਸਾਰੇ ਪੜ੍ਹ ਲਓ ਅੱਲਾਹੁਮਾ ਲਬੈਕ ਲਬੈਕ ਲਾ ਸ਼ਰੀਕ ਲਕ ਲਬੈਕ। ਇਹਦਾ ਤਰਜਮਾ ਇਹਦਾ ਬੰਦਾ ਆਂਦਾ ਏ ਆ ਅੱਲਾ ਚੰਗਾ ਹਾਂ ਯਾ ਮੰਦਾ ਹਾਂ ਆਖਰ ਤੇ ਤੇਰਾ ਬੰਦਾ ਹਾਂ। ਫਿਰ ਕਵੋ ਸੁਬਹਾਨ ਅੱਲਾ। ਬਾਬਾ ਜੀ ਸਮਸਾਮ ਆਏ ਬੈਤੁੱਲਾ ਚ ਇਹਰਾਮ ਦੀਆਂ ਚਾਦਰਾਂ ਬਾਬੇ ਹੋਰਾਂ ਪਾਈਆਂ ਨੇ। ਬੈਤੁੱਲਾ ਨੂੰ ਵੇਖਿਆ ਤੇ ਰੋਣ ਲੱਗ ਪਿਆ ਬਾਬਾ ਜੀ ਸਮਸਾਮ। ਜਿੱਡਾ ਮਰਜ਼ੀ ਬੰਦਾ ਪੱਥਰ ਦੇ ਲੇ ਕਿਦੋਂ ਵੇਂਹਦਾ ਨਾ ਖਾਨਾ ਏ ਕਾਬਾ ਨੂੰ, ਉਹਦੇ ਚ ਰੋਹ ਵੀ ਇੰਨਾ ਪੱਥਰ ਦਿਲ ਵੀ ਮੋਮ ਹੋ ਜਾਂਦਾ। ਜਿਹਨੂੰ ਕਦੀ ਵੀ ਨਾ ਅੱਥਰੂ ਆਵੇ ਉੱਥੋਂ ਬਾਅਦ ਆਉਂਦੀ ਲਾਗੇ ਉਹਦਾ ਸਹੀ ਅੱਥਰੂ ਆਪੇ ਆ ਜਾ। ਉਹਦੀ ਕਸ਼ਿਸ਼ ਹੀ ਇੰਨੀ, ਉਹਦਾ ਰੋਹ ਵੀ ਇੰਨੇ। ਇੱਕ ਸਿਆਬੀ ਨੇ ਬੈਤੁੱਲਾ 'ਚ ਪੈਰ ਰੱਖਿਆ, ਚੀਖਾਂ ਮਾਰ ਉੱਠਿਆ। ਕਿਸੇ ਆਖਿਆ ਕੀ ਗੱਲ ਏ? ਉਹਨੇ ਕਿਹਾ ਮੇਰੇ ਕੋਲੋਂ ਤਾਂ ਖਾਨਾ ਕਾਬਾ ਦਾ ਰੋਹ ਬਣੀ ਬਰਦਾਸ਼ਤ ਹੋ ਰਿਹਾ ਤੇ ਰੱਬ ਦਾ ਰੋਹ ਕਿਵੇਂ ਬਰਦਾਸ਼ਤ ਹੋਵੇਗਾ। ਬਾਬਾ ਜੀ ਗਏ ਬੈਤੁੱਲਾ ਰੋ ਪੈ ਖੜੇ ਹੋ ਗਏ, ਥੋੜਾ ਜਿਹਾ ਪਿੱਛੇ ਖੋ ਗਏ, ਵੇਖੀ ਗਏ ਤੇ ਦਿਲ ਦਾ ਅੰਦਰੋਂ ਦਿਲ ਦੇ ਅੰਦਰੋਂ ਗੱਲ ਕੱਢੀ। ਆਂਦੇ ਨੇ ਤੇਰੇ ਬੂਹੇ ਵਿੱਚ ਬਹਿ ਕੇ ਅੱਲਾ ਰੋ ਲੈਣ ਦੇ ਕਾਲਾ ਮਲਨਾ ਮਹੀ ਜੁਆ ਥੀ ਧੋ ਲੈਣ ਦੇ ਤੇਰੇ ਬੂਹੇ ਵਿੱਚ ਬਹਿ ਕੇ ਅੱਲਾ ਰੋ ਲੈਣ ਦੇ ਕਾਲਾ ਮਲਨਾ ਮਹੀ ਜੁਆ ਥੀ ਧੋ ਲੈਣ ਦੇ ਅੱਲਾ ਮੂੰਹ ਕਾਲਾ। ਬਾਬਾ ਜੀ ਸਮਸਾਮ ਨਾ ਆਪਣੇ ਆਪ ਨੂੰ ਗੁਨਹਗਾਰ ਕਹਿੰਦੇ ਪਏ ਨੇ। ਮੂੰਹ ਕਾਲਾ ਦਿਲ ਕਾਲਾ ਦਫ਼ਤਰ ਨਾਮਾ ਮਾਲ ਦਫ਼ਤਰ ਕਾਲਾ ਚੁੱਕਿਆ ਮੈਂ ਤੇ ਕਰ ਕਰ ਬਦੀਆਂ ਹੱਦੋਂ ਟੱਪਿਆ। ਮੂੰਹ ਕਾਲਾ ਦਿਲ ਕਾਲਾ ਦਫ਼ਤਰ ਕਾਲਾ ਚੁੱਕਿਆ ਮੈਂ ਤੇ ਕਰ ਕਰ ਬਦੀਆਂ ਹੱਦੋਂ ਟੱਪਿਆ। ਹੁਣ ਮੁਲਤਜ਼ਮ ਦੇ ਲਾਗੇ ਹੋ ਲੈਣ ਦੇ ਤੇਰੇ ਬੂਹੇ ਵਿੱਚ ਬਹਿ ਕੇ ਅੱਲਾ ਰੋ ਲੈਣ ਦੇ। ਇੱਕ ਹੋਰ ਵੀ ਬੜੀ ਪਿਆਰੀ ਗੱਲ ਆਖੀ, ਆਂਦੇ ਨੇ ਅੱਲਾ ਠੀਕ ਹੈ ਮੈਂ ਤੇਰੇ ਬੂਹੇ ਵਿੱਚ ਫੱਬਦਾ ਨਹੀਂ ਜਿਹੜਾ ਸਜਦਾ ਤੈਨੂੰ ਲਾਇਕ, ਮੇਰਾ ਸਜਦਾ ਵੀ ਨਹੀਂ ਅੱਲਾ ਫਜ਼ਲੋਂ ਨਾ ਜਿੜਕੀ ਐਵੇਂ ਮੁੱਦਾ ਸਿੱਧਾ ਹੋ ਲੈਣ ਦੇ ਤੇਰੇ ਬੂਹੇ ਵਿੱਚ ਬਹਿ ਕੇ ਅੱਲਾ ਰੋ ਲੈਣ ਦੇ। ਇੱਕ ਹੋਰ ਵੀ ਗੱਲ ਆਖੀ, ਹੱਥ ਪਾਇਆ ਬੈਤੁੱਲਾ ਨੂੰ ਕਹਿਣ ਲੱਗੇ ਤੇਰਾ ਦਰ ਛੱਡ ਕਿੱਥੇ ਜਾਵਾਂ ਮੇਰੇ ਮਾਲਕਾ।
ਗੱਲ ਸਮਝਾਈ ਕਿ ਨਹੀਂ ਆਈ? ਆਂਦਾ ਯਾ ਅੱਲਾ ਆ ਗਿਆ ਆਖਰੀ ਬੂਹੇ ਤੇ ਆ ਗਿਆ, ਇਸ ਤੋਂ ਅੱਗੇ ਜਾਵਾਂ ਤੇ ਕਿੱਥੇ ਜਾਵਾਂ, ਇਸ ਤੋਂ ਅੱਗੇ ਜਾਵਾਂ ਤੇ ਕਿੱਥੇ ਜਾਵਾਂ, ਔਰ ਤੇਰਾ ਦਰ ਛੱਡ ਕਿੱਥੇ ਜਾਵਾਂ, ਮੇਰੇ ਮਾਲਕਾ ਮੇਰਾ ਕੋਈ ਨਹੀਂ ਓ ਤੇਰੇ ਬਿਨਾ ਸੱਚੇ ਖਾਲਕਾ, ਅੱਲਾ ਹੁਨਰ ਦੀਨਾ ਤੁਰਕਾਰੀ ਲਾਗੇ ਹੋ ਲੈਣ ਦੇ ਤੇਰੇ ਭੂਵੇ ਵਿੱਚ ਬਹਿ ਕੇ ਅੱਲਾ ਰੋ ਲੈਣ ਦੇ। ਬੰਦਾ ਹਰਾਮ ਦੀਆਂ ਚਾਦਰਾਂ ਪਾ ਲੈਂਦਾ, ਉਹ ਜਿਹੜੇ ਹੱਜ ਕਰਕੇ ਆਇਓ ਨਾ ਉਮਰਾ ਕਰਕੇ ਆਇਓ ਨਾ, ਉਹ ਸਾਰੇ ਧਿਆਨ ਨਾਲ ਮੇਰੇ ਵੱਲੇ ਵੇਖੋ, ਜਿਸ ਟਾਈਮ ਬੰਦਾ ਹਰਾਮ ਦੀਆਂ ਚਾਦਰਾਂ ਪਾ ਲੈਂਦਾ ਦਿਲ ਦੀ ਦੁਨੀਆਂ ਵੈਸੇ ਹੀ ਤਬਦੀਲ ਹੋ ਜਾਂਦੀ ਹੈ। ਇਹਰਾਮ ਦੀਆਂ ਚਾਦਰਾਂ ਬੰਦਾ ਪਾ ਲੈਂਦਾ ਨਾ ਇਨਸਾਨ ਤੇ ਰੋਬ ਧਾਰੀ ਹੋ ਜਾਂਦਾ, ਇਨਸਾਨ ਤੇ ਬੈਤੁੱਲਾ ਦਾ ਰੋਬ ਧਾਰੀ ਹੋ ਜਾਂਦਾ। ਉਤੋਂ ਆਵਾਜ਼ ਆਉਂਦੀ ਹੁਣ ਚਾਦਰਾਂ ਪਾ ਲਈਆਂ ਹੀ ਨਾ, ਇਹ ਮੇਰੇ ਬੈਤੁੱਲਾ ਦੀ ਸ਼ਾਨ ਹੈ, ਹੁਣ ਬੈਤੁੱਲਾ ਵੱਲੇ ਆ ਰਹੇ। ਇੱਕ ਵਾਰੀ ਪਹਿਲੀ ਨਜ਼ਰ ਬੈਤੁੱਲਾ ਤੇ ਪਾਏਗਾ ਨਾਮ, ਇੱਥੇ ਖੜਿਆ ਹਾਲੇ ਥੋੜ੍ਹਾ ਜਿਹਾ ਮੇਰਾ ਘਰ ਦੂਰ, ਇੱਥੇ ਖੜਿਆ ਇੱਧਰ ਨਜ਼ਰਾਂ ਚੁੱਕ ਬੈਤੁੱਲਾ ਵੱਲੇ ਨਾ, ਇੱਕ ਵਾਰੀ ਵੇਖੇਗਾ ਨੱਬਿਆਂ ਸਾਲਾਂ ਦੇ ਗੁਨਾਹ ਇਵੇਂ ਮੁਆਫ ਕਰ ਦੇਵਾਂਗਾ। ਮਾਫੀ ਮੰਗੀ ਤੇ ਭਾਵੇਂ ਨਾ ਮੰਗੀ, ਇੱਕ ਵਾਰ ਤਾਂ ਨਜ਼ਰਾਂ ਚੱਕ ਤੇ ਲੈਣਾ, ਸਾਰੇ ਗੁਨਾਹ ਧੋ ਦਿਆਂਗਾ ਮਾਫ ਕਰ ਦਿਆਂਗਾ। ਨਾਲੇ ਆਵਾਜ਼ ਆਉਂਦੀ ਨਜ਼ਰ ਪਹਿਲੀ ਪਾ ਲਈ ਉਹ ਮੰਗ ਲੈ ਕੀ ਮੰਗਣਾ ਈ, ਜੋ ਮੰਗੇਗਾ ਤਾਂ ਕਰ ਦੇਵਾਂਗਾ। ਸੁਫੀਆਨ ਬਿਨ ਹੋਈਆ ਨਾ ਸੁਫੀਆਨ ਬਿਨ ਹੋਈਆ ਨਾ, 11 ਸਾਲ ਦਾ ਬੱਚਾ ਹੈ ਮੇਰੇ ਵੱਲੇ ਵੇਖੋ, 11 ਸਾਲ ਦਾ ਬੱਚਾ ਹੈ ਸੁਫੀਆਨ ਬਿਨ ਹੋਈਆ ਨਾ, 11 ਸਾਲ ਬੱਚਾ ਹੈ, 11 ਸਾਲ ਦਾ ਬੱਚਾ ਤੇ ਰੱਬ ਨੂੰ ਆਖਣ ਕੀ ਡਿਆ, ਸਾਡੇ 11 ਸਾਲਾਂ ਬੱਚਿਆਂ ਨੂੰ ਅਰਬੀ ਮਹੀਨਿਆਂ ਦੇ ਪੂਰੇ ਨਾਮ ਹੀ ਨਹੀਂ ਆਉਂਦੇ, ਨਹੀਂ ਆਉਂਦਾ ਤਰਜਮਾ ਨਮਾਜ਼ ਦਾ ਨਹੀਂ ਆਉਂਦਾ। ਅੱਲਾ ਜਾਣਦਾ ਹੋਰ ਇਹ ਦੌਰ ਕਿਹਾ ਆ ਗਏ। ਇੱਕ ਵਾਹਿਦ ਜਹਾਜ਼ ਉਹ ਚੀਜ਼ ਹੈ ਜਿਹੜਾ ਅਸਲ ਮੌਤ ਦਾ ਖੂਹ ਹੈ, ਨਾ ਉਹ ਜ਼ਮੀਨ 'ਤੇ ਹੁੰਦਾ ਨਾ ਅਸਮਾਨ 'ਤੇ ਹੁੰਦਾ। ਇੱਕ ਮੈਂ ਜਵਾਨ ਨੂੰ ਵੇਖਿਆ ਜਹਾਜ਼ ਵਿੱਚ, ਉਹ ਨਾ ਉਹਨੇ ਮੋਬਾਈਲ ਫੜਿਆ ਉੱਥੇ ਬੈਠਾ ਗਾਣੇ ਸੁਣਨ ਡਿਆ, ਲੁਪੀਆਂ ਲਾ ਕੇ ਨਹੀਂ ਕਰਕੇ ਸਾਹਮਣੇ ਗਾਣੇ ਸੁਣਦਾ ਪਿਆ। ਅਸੀਂ ਚੌੜਾ ਹੋ ਕੇ ਬੈਠਿਆ, ਜ਼ਾਲਮਾ ਤੂੰ ਨਾ ਜ਼ਮੀਨ 'ਤੇ ਨਾ ਅਸਮਾਨ 'ਤੇ, ਨਾ ਜ਼ਮੀਨ 'ਤੇ ਨਾ ਅਸਮਾਨ 'ਤੇ, ਕਿੱਥੇ ਜਾ ਰਹੇ ਕਿੱਥੇ ਜਾ ਰਹੇ, ਉੱਥੇ ਜਾ ਕੇ ਵੀ ਗਾਣੇ ਸੁਣਨ ਡਿਆ। ਇਹ 11 ਸਾਲ ਦਾ ਬੱਚਾ ਇਹਰਾਮ ਦੀਆਂ ਚਾਦਰਾਂ ਪਾ ਕੇ ਬੈਤੁੱਲਾ ਵੱਲੇ ਨੇ ਪੈਰ ਰੱਖਿਆ, ਓਏ ਬੈਤੁੱਲਾ ਦੀ ਸ਼ਾਨ ਏ, ਨਜ਼ਰ ਪਹਿਲੀ ਪੈਂਦੀ ਅੱਲਾ ਦੇ ਘਰ ਖਾਨਾ ਕਾਬਾ ਤੇ, ਉੱਤੋਂ ਆਵਾਜ਼ ਆਉਂਦੀ ਓਏ ਨਜ਼ਰਾਂ ਥੱਲੇ ਨਾ ਕਰੀ ਨਾ ਕਰੀ, ਮੰਗ ਕੀ ਮੰਗ ਨਹੀਂ, ਜੋ ਕਵੇਂਗਾ ਫੌਰੀ ਅਤਾ ਕਰ ਦਿਆਂਗਾ। ਨਾਰੇ ਤਕਬੀਰ, ਸ਼ਾਨੇ ਮੁਸਤਫਾ, ਸ਼ਾਨੇ ਮੱਕਾ ਮਦੀਨਾ। ਮੈਨੂੰ ਇੱਕ ਬੰਦਾ ਨਾ ਸਹਾਬਾ
حضرت مولانا قاری محمد ہارون یاسر صاحب حاجی صاحب نے ایک بندہ حفظ صاحب کہنے لگا جدے تو بار بار فون کرے کوئی میرے لائق ہوئے دسو جی کوئی یار سے انہوں نے سے میں جاندا تھوڑے بڑے میں بیان سننا کو میرے لائق ہوئے دسو جی پھر بھی جی پھر بھی میں کہا یار میرے کو ہر شے ہے یہ براوا رب تینوں برکت دے وے جزاکم اللہ خیر نہیں جی پھر بھی جی میں بیٹھا سا ادھر خانہ کعبہ دے سامنے اتلی منزل تے رب دے گھر نوں ویندا پیا سا کہو سبحان اللہ وہ بات نہیں جی پھر بھی جی پھر بھی جی میں کہ کملیا مینوں پھر نہ وہ گل یاد آئی زین العابدین میں کملیا پہلی تا گل اے کہ اللہ نے ہر شے دتی کمی کوئی نہیں تے جے لوڑ پے بھی جائے نا تے جتھے میں بیٹھا ایتھے بہ کے میں تینوں آکھاں تے مزہ کی آوے گا جتھے میں بیٹھا زین العابدین طواف کر رہے سن پچھو وقت دا بادشاہ نے اتھوں پھڑیا موڈے اونے کہا میرے والے ویکھو زین میں بادشاہ دس کی دیاں بول اونے کہا چل زبان بند کر میں تیرے کولوں منگا میں جتھے کھڑا ہاں اللہ دے گھر خانہ کعبہ چ ایتھے آ کے بھی تینوں آکھاں میرا فلاں کام میں پریشانی تیرے کولوں منگا اللہ دی قسم بیت اللہ دی بھی توہین ہے تے اللہ دی بھی توہین ہے میں ایتھے آ کے بھی تینوں آکھاں ایتھے آ کے کھڑے نے کھڑیاں دا بابا ہے کھڑیاں شہر دا وہ اگلی واری میرے نال گیا حساب گیا عمرے تے اگلی واری وہ نا بیمار ہو گیا بیمار ہو گیا تے میرے نال اسی تھلے اترے ہو تو سختی نہیں سی اتنی ہے گی موجہ ہی موجہ سی اللہ پھر موجہ لا دے بھی عشاء دی اذان ہو رہی سی اسی رحمت دے پرنالے دے بالکل سامنے حتیم دے بیٹھے ایں سامنے وینے میں اونوں بخار چڑھ گیا نزلہ زکام بڑا بیمار ہو گیا میں ایتھے نال ہی بیٹھا آندا ہے سنتاں دو نفل پڑھے سوں اذان تو عشاء دی اذان تو بعد جماعت تو پہلا او بابا حالے بھی زندہ کھڑیاں دا آندا ہے ہاں دا میرے والے ویکھو میں جو اوے سنبھالی لویا کٹنا پیاں لوہار سی لویا کٹن ڈیاں لویا کٹن ڈیاں لویا کٹدا کٹدا جی پچھلے پارے لے ہی آندا ہی ہن چار گلاں کر لین دے جی لویا کٹن والے نو پچھلے پارے لے ہی آندا ہی ہن پھر ایویں نہ کرو کوئی چار مینوں دکھڑے سنا لین دے انہیں دعا منگی اللہ جاندا ہے ان دا بخار بھی گیا سارا کچھ ہی گیا کدی کدی کسی دا بول عرش پاک بھی ہلا دیندا ہے کدی کدی کسی دا ایک بندہ میں گل سنائی آندا یار میرے کو پتر نہیں سی تے میرا سکا بھتیجا ان میں کہا پتر ارا خبردار میں نہ پتر آکھیا ایک دو بار آندا ان دی گل میرے دل نو کھا گئی اللہ اے میرے کو پتر نہیں تے بھتیجا سی تے کیڑی گل سی کھان نو پی گئے آندا میرے کو ٹریا نہ جائے اوتھے ہی بہ گیا میں کہا یا اللہ ہن تے لوکی بھی بولیاں مرن لگ پے ہن کی کراں آندا اللہ نے میری بس او ٹھنڈا سا ہی میرا انہیں من لیا انہیں مینوں کٹھے چار بیٹے دے دیتے نے
ਕਦੇ ਕਦੇ ਕਿਸੇ ਦਾ ਦੁੱਖੜਾ ਅਰਸ਼ੇ ਪਾਕ ਨੂੰ ਟਕਰਾ ਜਾਂਦਾ, ਅਰਸ਼ੇ ਪਾਕ ਹਿੱਲ ਜਾਂਦਾ। ਸੁਫੀਆਨ ਬਿਨ ਉਯਾਨਾ ਗੈ ਬੈਤੁਲਾ ਚ ਕਵੋ ਸੁਬਾਨ ਅੱਲਾ। ਬਸ ਕਰਦੀ ਥੱਕਦੇ ਨੀ ਗਏ। 11 ਸਾਲ ਦਾ ਬੱਚਾ ਸਾਹਮਣੇ ਖੜਾ ਜੀ, ਸ਼ੇਰ ਮੁਫਤੀ ਕੇ ਮੁੱਲ ਸੁਣਨਾ ਜੀ, ਠੀਕ ਹੋ। 11 ਸਾਲ ਦਾ ਬੱਚਾ ਚਾਦਰਾਂ ਪਾ ਕੇ ਆਉਂਦਾ, ਯਾ ਅੱਲਾ ਮੰਗਣ ਲੱਗਾ ਵਾਂ ਤਾਂ ਕਰ ਦੇਈਂ, ਮੰਗਣ ਲੱਗਾ ਵਾਂ ਬੋਲੋ ਅਤਾ ਕਰ ਦੇਈਂ, ਤੇ ਯਾ ਅੱਲਾ ਮੰਗਣ ਲੱਗਾ ਵਾਂ ਅਤਾ ਕਰ ਦੇਈਂ। ਸਾਡੇ ਵਰਗਾ ਆਉਂਦਾ ਜਾਂਦਾ ਹੀ ਨਵਾਂ ਟਰੈਕਟਰ ਮੰਗਦਾ, ਨਵੀਂ ਗੱਡੀ ਮਕਾਨ ਮੰਗਦਾ, ਯਾ ਅੱਲਾ ਨਾਲ ਦਾ ਕਿੱਲਾ ਮੇਰਾ ਸ਼ਰੀਕ ਲੈਣ ਲੱਗਾ, ਉਹ ਨਾ ਲਵੇ ਮੇਰੇ ਵੱਲੇ ਆ ਜਾ। ਸਾਨੂੰ ਖਿਆਲ ਆਉਂਦਾ ਤੇ 11 ਸਾਲ ਦਾ ਬੱਚਾ ਆਉਂਦਾ, ਆਉਂਦਾ ਸੁਣ ਅੱਲਾ ਮੰਗਣ ਲੱਗਾ ਵਾਂ ਤੇ ਦੇ ਦੇਈਂ, ਇਨਕਾਰ ਨਾ ਕਰੀਂ। ਨਜ਼ਰਾਂ ਪਹਿਲੀਆਂ ਬੈਤੁੱਲਾ ਤੇ ਜਮਾਈਆਂ ਨੇ, ਆਉਂਦਾ ਅੱਲਾ ਸੋਹਣਿਆ ਇੱਕੋ ਹੀ ਮੇਰੀ ਦੁਆ ਏ, ਜਬ ਤੱਕ ਮੈਂ ਜ਼ਿੰਦਾ ਰਵਾਂ ਹਰ ਸਾਲ ਹੀ ਤੇਰੇ ਘਰ ਬੈਤੁੱਲਾ ਦਾ ਹੱਜ ਕਰਦਾ ਰਵਾਂ, ਹੋਰ ਮੈਂ ਕੁਛ ਨਹੀਂ ਮੰਗਦਾ, ਇੱਕੋ ਹੀ ਮੇਰੀ ਦੁਆ ਏ, ਜਬ ਤੱਕ ਮੈਂ ਜ਼ਿੰਦਾ ਰਵਾਂ ਅੱਲਾ ਹਰ ਸਾਲ ਹੀ ਬੈਤੁੱਲਾ ਨੂੰ ਤੱਕਦਾ ਰਵਾਂ ਨਾ। ਤੇ ਸੁਫੀਆਨ ਬਿਨ ਉਯਾਨਾ ਦੀ 11 ਸਾਲ ਦੀ ਉਮਰ 'ਚ ਬੈਤੁੱਲਾ ਨੂੰ ਵੇਖ ਕੇ ਦੁਆਵਾਂ ਕਬੂਲ ਹੋ ਗਈਆਂ। ਲਿਖਣ ਵਾਲਿਆਂ ਲਿਖਿਆ ਇਹ ਦੁਆ ਤੋਂ ਬਾਅਦ ਇਹਨਾਂ ਦੀ ਕਸਮੇ 80 ਸਾਲ ਜ਼ਿੰਦਗੀ ਰਹੀ ਹੈ ਤੇ 80 ਸਾਲ ਬੈਤੁੱਲਾ ਦਾ ਹੱਜ ਕਰਦੇ ਰਹੇ। ਅੱਲਾ ਸੋਹਣਿਆ ਇਹ ਜਿੰਨੇ ਆਏ ਨੇ ਬੈਤੁੱਲਾ ਵਿਖਾ ਦੇ, ਬਾਰ ਬਾਰ ਵਿਖਾ ਦੇ, ਜਿਨ੍ਹਾਂ ਕੋਲ ਪੈਸੇ ਨਹੀਂ ਨਾ ਅੱਲਾ ਤੂੰ ਸਭੇ ਬੁਲਾ ਸਬਾਬੇ, ਅੱਲਾ ਮੈਂ ਦੁਆ ਦੇਣ ਲੱਗਾ ਤੁਸਾਂ ਸਾਰਿਆਂ ਆਮੀਨ ਆਖਣਾ। ਅੱਲਾ ਇੱਕ ਵਾਰੀ ਮੱਗਾ ਤੂੰ ਵਿਖਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ ਕਹਿ ਦਿਓ ਆਮੀਨ। ਅੱਲਾ ਇੱਕ ਵਾਰ ਮਦੀਨਾ ਮਦੀਨਾ ਵਖਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ, ਠੰਡ ਸਾਡੇ ਵੀ ਕਲੇਜੇ ਵਿੱਚ ਪਾ ਦੇ ਤੇ ਥੋੜ ਸਾਰੇ ਆਮ ਹੀ ਲੱਖ ਨੇ, ਠੰਡ ਸਾਡੇ ਵੀ ਕਲੇਜੇ ਵਿੱਚ ਪਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ। ਅੱਲਾ ਰੋ ਰੋ ਮੰਗਾ ਮੈਂ ਰੋਜ਼ ਦੁਆਵਾਂ ਤੇਰੇ ਲੱਖ ਲੱਖ ਅੱਲਾ ਤੇਰੇ ਲੱਖ ਲੱਖ ਤਰਲੇ ਮੈਂ ਪਾਵਾਂ, ਹਾਲ ਸਾਡੇ ਤੇ ਵੀ ਅੱਲਾ ਕਰਮ ਕਮਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ। ਅੱਲਾ ਜਿੰਨਾ ਜਿੰਨਾ ਰਾਵਾਂ ਤੇ ਅੱਲਾ ਜਿੰਨਾ ਰਾਵਾਂ ਤੇ ਤੁਹਾਡੇ ਯਾਰ ਤੁਹਾਡੇ ਯਾਰ ਕਦਮ ਟਿਕਾਇਆ, ਉਹਨਾਂ ਗਲੀਆਂ ਨੂੰ ਅੱਲਾ ਚਮਕਾਇਆ, ਅੱਲਾ ਉਹਨਾਂ ਰਾਵਾਂ ਦਾ ਦੀਦਾਰ ਕਰਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ। ਮੁਹੰਮਦ ਹਾਰੂਨ ਯਾਸਰ ਸਾਹਿਬ।
ਇੱਕ ਨਾ ਬੇਲੀ ਸੀ ਉਹ ਨਾਲ ਲੈ ਗਿਆ ਉਹ ਦੁਪਹਾੜ ਦੇ, ਕਹਿਣ ਲੱਗਾ ਤੁਹਾਨੂੰ ਜੋ ਉਹ ਥਾਂ ਵਿਖਾਣੀ ਜਿੱਥੇ ਸਰਕਾਰ ਸੋਹਣੇ ਨਬੀ ਆਪ ਸਰਕਾਰ ਨੂੰ ਜਦੋਂ ਜ਼ਖਮ ਆਇਆ ਸੀ ਸਰਕਾਰ ਜਾ ਕੇ ਜਿੱਥੇ ਬੈਠੇ ਸਨ, ਉਹ ਥੋੜ੍ਹੀ ਜਿਹੀ ਪਹਾੜੇ ਤੋਂ ਉੱਪਰ ਜਾ ਕੇ ਇਹਨਾਂ ਨੇ ਕਰਕੇ ਜਗ੍ਹਾ, ਲੇਕਿਨ ਉਹਨਾਂ ਇਸ ਟਾਈਮ ਅੱਗੇ ਨਾ ਮਸਾਲਾ ਲਾ ਕੇ ਇਹਨਾਂ ਨੂੰ ਬੰਦ ਕਰ ਦਿੱਤੇ। ਉਹ ਬੰਦਾ ਕਹਿਣ ਲੱਗਾ ਇਹ ਜਿਹੜਾ ਏਡਾ ਕੋਈ ਸੁਰਾਖ ਏ, ਲੱਗਦਾ ਵੀ ਅੰਦਰ ਬੰਦਾ ਨਹੀਂ ਜਾ ਸਕਦਾ, ਜਦੋਂ ਬੰਦਾ ਕੋਲ ਜਾਂਦਾ ਨਾ ਬੰਦਾ ਅੰਦਰ ਚਲਾ ਜਾਂਦਾ। ਉਹ ਪਹਾੜ ਦੀ ਅੱਲਾ ਨੇ ਸੈਡਗੀ ਇਵੇਂ ਕੀਤੀ ਜਿੱਥੇ ਜਾ ਕੇ ਮੇਰੇ ਪਾਕ ਮੁਹੰਮਦ ਬੈਠੇ ਸਨ। ਇੱਧਰ ਉਹਦੇ ਭਾਵ ਪੜ ਲਓ ਸੋਨੇ ਦੀ ਜ਼ਾਤ, ਅੱਲਾਮ ਆਪਦੇ ਯਾਰ ਤੇ ਕਰੋੜਾ ਰਹਿਮਤਾਂ ਨਾਜ਼ਿਲ ਫਰਮਾ। ਅਸੀਂ ਉਹ ਦਰੇ ਤੇ ਵੀ ਗਏ ਹਾਂ, ਉਹ ਪਹਾੜ ਦੇ ਨਾਲ ਜਿਹੜਾ ਦਰਾ ਨਾ ਜਿੱਥੇ ਸਿਹਾਬਾ ਸ਼ਹੀਦ ਹੋਏ ਸਨ, ਕਸਮੇ ਨਾ ਉੱਥੇ ਚੜ੍ਹੇ ਅਸੀਂ ਦਿਲ ਨੂੰ ਕੁਛ ਸੁਣਨ ਲੱਗ ਪਿਆ, ਇਹ ਉਹ ਦਰਾ ਕਿੱਥੇ ਸਿਹਾਬਾ ਦੇ ਕਸਮੇ 70 ਸਿਹਾਬਾ ਦੇ ਲਾਸ਼ ਡਿੱਗੇ ਸਨ। ਇੱਕ ਬੰਦਾ ਕਹਿਣ ਲੱਗਾ ਜੁੱਤੀਆਂ ਲਾ ਲਓ, ਜੁੱਤੀਆਂ ਪਾ ਕੇ ਇੱਥੇ ਨਾ ਚੜੋ, ਇੱਥੇ ਸਿਹਾਬਾ ਦੇ ਖੂਨ ਡਿੱਗੇ ਸਨ, ਜੁੱਤੀਆਂ ਲਾ ਦਿਓ। ਇਹ ਉਹ ਥਾਂ ਏ ਕਿੱਥੇ ਸੋਹਣੇ ਦੇ ਯਾਰ ਡਿੱਗੇ ਸਨ, ਉਹਨਾਂ ਦਾ ਪਾਕ ਤੇ ਮੁਕੱਦਸ ਖੂਨ ਡਿੱਗਾ। ਇਹ ਖੂਨ ਕਿਉਂ ਨਹੀਂ ਪਾਕ? ਕੁਰਾਨ ਨੇ ਆਖਿਆ ਮੈਂ ਰਾਜ਼ੀ ਹੋ ਗਿਆ ਤੇ ਜੰਤੀ ਨੇ, ਮੈਂ ਰਾਜ਼ੀ, ਮੈਂ ਰਾਜ਼ੀ, ਜੰਤੀ ਨੇ ਅੱਲਾਹ। ਸਾਥੀ ਕਹਿਣ ਲੱਗੇ ਜਿਹੜੇ ਉਹ ਮਣੇ ਮਣੇ ਜੰਗਲਾ ਲੱਗ ਗਏ ਇੱਥੇ ਸਿਹਾਬਾ ਸ਼ਹੀਦ ਹੋਏ ਨੇ, ਜਿਹੜੀ ਉਹ ਇੱਕ ਕਬਰੇ ਪਾ ਕੇ ਨਾ ਕਹਿੰਦੇ ਮਨੇ ਮਨ ਉਹਨਾਂ ਨਿਸ਼ਾਨ ਲੈ ਇੱਟਾਂ ਲਾ ਕੇ, ਇਹ ਕਬਰ ਸਰਦਾਰ ਆ ਮੇਰੇ ਹਮਜ਼ਾ ਦੀ ਰਜ਼ੀ ਅੱਲਾਹ ਤਾਲਾ ਨੂੰ। ਜਿਹੜੀ ਉਹ ਪਰਲੇ ਮਣੇ ਕਬਰ ਨਾ, ਸਿਰਫ ਦੋ ਕਬਰਾਂ ਦੇ ਨਿਸ਼ਾਨ ਵਾਜ਼ੇ ਨੇ, ਬਾਕੀ ਸਾਫ ਮੈਦਾਨ। ਕਹਿਣ ਲੱਗਾ ਜਿਹੜਾ ਉਹ ਦੂਜਾ ਨਿਸ਼ਾਨ ਹੈ ਇਹ ਸੋਹਣੇ ਦੇ ਯਾਰ ਮੁਸਅਬ ਬਿਨ ਉਮੈਰ ਦੀ ਕਬਰ ਹੈ। ਇਹ ਉਹ ਕਬਰ ਹੈ ਕਿਤੇ ਸਿਹਾਬਾ ਨੇ ਕਿਹਾ ਜ਼ੋਨੇ ਆ ਕੀ ਕਰੀਏ, ਤੇਰੇ ਯਾਰ ਲਈ ਆਖਰੀ ਟਾਈਮ ਪਾਉਣ ਲਈ ਕਫਨ ਵੀ ਪੂਰਾ ਨਹੀਂ। ਇਹ ਉਹ ਮੁਸਅਬ ਬਿਨ ਉਮੈਰ ਸੀ, ਐਸੀ ਖੁਸ਼ਬੂ ਲਾਉਂਦਾ ਸੀ ਮੱਕੇ ਅੰਦਰ, ਮੱਕੇ ਦੇ ਚੌਧਰੀ ਸਰਦਾਰ ਕਸਮੇ ਖੁਦਾ ਦੀ ਰਾਹ ਮਲ ਕੇ ਖਾਉਂਦੇ ਸਨ। ਇੱਥੋਂ ਮੁਸਅਬ ਬਿਨ ਉਮੈਰ ਲੰਘਿਆ ਤੇ ਖੁਸ਼ਬੂ ਆ ਰਹੀ ਹੈ, ਐਸਾ ਲਿਬਾਸ ਪਹਿਨਦਾ ਸੀ। ਇੱਕ ਲਿਬਾਸ ਅੱਜ ਪਾ ਲਿਆ, ਇਹ ਦੁਬਾਰਾ ਉਹ ਲਿਬਾਸ ਨਹੀਂ ਸੀ ਪਾਉਂਦਾ। ਏਡਾ ਏਡਾ ਅਮੀਰ ਬਾਪ ਦਾ ਬੇਟਾ ਸੀ, ਅੱਜ ਦੁਨੀਆ ਤੋਂ ਗਿਆ, ਜਾਣ ਲੱਗਿਆ ਸਿਹਾਬਾ ਕਹਿਣ ਲੱਗੇ ਜ਼ੋਨੇ ਆ ਇਹ ਕਫਨ ਇੰਨਾ ਕੁ ਮੂੰਹ ਤੇ ਪਾਣਿਆਂ ਤੇ ਪੈਰ ਨੰਗੇ, ਪੈਰਾਂ ਤੇ ਪਾਣਿਆਂ ਤੇ ਮੂੰਹ ਨੰਗਾ ਹੋ ਜਾਂਦਾ। ਫਰਮਾਇਆ ਇਹਦੇ ਮੂੰਹ ਤੇ ਕਫਨ ਪਾ ਦਿਓ, ਇਹਦੇ ਪੈਰਾਂ ਤੇ ਘਾਹ ਪਾ ਕੇ ਦਫਨਾ ਦਿਓ, ਇਹ ਮੇਰੇ ਯਾਰ ਨੂੰ ਇਵੇਂ ਦਫਨਾ ਦਿਓ। ਅੱਲਾ ਦੀ ਕਸਮੇ, ਓਏ ਅੱਲਾ ਦੀ ਕਸਮੇ, ਕਬਰ ਅੰਦਰ ਮੁਸਅਬ ਬਿਨ ਉਮੈਰ ਦੇ ਕਿਆਮਤ ਵਾਲੇ ਦਿਨ ਜਦੋਂ ਸੋਹਣੇ ਦਾ ਯਾਰ ਉੱਠਣਾ ਉਦੋਂ ਘਾਹ ਹਰਿਆ ਹੀ ਆਉਣਾ। ਜਿਹੜਾ ਉਹਦੇ ਜਿਸਮ ਨਾਲ ਘਾਹ ਲੱਗ ਗਿਆ, ਨਾ ਕਫਨ ਮੈਲਾ ਹੋਏਗਾ ਨਾ ਉਹ ਘਾਹ ਸੁੱਕੇਗਾ। ਅੱਲਾ ਸਿਹਾਬਾ ਤੇ ਕਰੋੜਾ ਰਹਿਮਤਾਂ ਨਾਜ਼ਿਲ ਫਰਮਾ ਦੇ, ਉੱਚੀ ਆਮੀਨਾ। ਅੱਲਾ ਸਭ ਨੂੰ ਮੱਕਾ ਮਦੀਨਾ ਵਿਖਾ ਦੇ। ਬਾਰ ਬਾਰ ਮੈਂ ਦੁਆ ਦੇ ਰਿਹਾ, ਉਸਾਂ ਆਮੀਨ ਉੱਚੀ ਕਹਿਣਾ। ਅੱਲਾ ਜਿੰਨਾ ਰਾਵਾਂ ਤੇ
ਤੇਰੇ ਯਾਰ ਕਦਮ ਟਿਕਾਇਆ ਉਹਨਾਂ ਗਲੀਆਂ ਨੂੰ ਅੱਲਾ ਚਮਕਾਇਆ ਅੱਲਾ ਉਹਨਾਂ ਰਾਵਾਂ ਦਾ ਦੀਦਾਰ ਕਰਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ ਉਸ ਮੱਕੇ ਅੰਦਰ ਚੱਲਦਾ ਏ ਜ਼ਮ ਜ਼ਮ ਦਾ ਪਾਣੀ ਉਸ ਪਾਣੀ ਦੀ ਅਜਬ ਕਹਾਣੀ ਅੱਲਾ ਸਾਈਆਂ ਇਹਨਾਂ ਸਾਰਿਆਂ ਨੂੰ ਉੱਥੇ ਰੱਜ ਰੱਜ ਪਿਲਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ ਐ ਜੁਮਲਾ ਸੁਣ ਕੇ ਸਾਰਿਆਂ ਉੱਚੀਆਂ ਮੀਨ ਆਖਣਾ ਅੱਲਾ ਮਾਲੋ ਜ਼ਰ ਨਹੀਂ ਸਾਡੇ ਪੱਲੇ ਪਰ ਸਾਡਾ ਵਸ ਕੋਈ ਨਾ ਚੱਲੇ ਅੱਲਾ ਮਾਲੋ ਜ਼ਰ ਨਹੀਂ ਸਾਡੇ ਪੱਲੇ ਤੇ ਸਾਡਾ ਵਸ ਕੋਈ ਨਾ ਚੱਲੇ ਸਾਡੇ ਸੋਤਿਆਂ ਨਸੀਬਾਂ ਨੂੰ ਜਗਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ ਅੱਲਾ ਐ ਤੇਰੇ ਬੰਦੇ ਅਸੀਂ ਸਾਰੇ ਅਸੀਂ ਤੇਰੇ ਹੋ ਕੇ ਸਵਾਲੀ ਲਈ ਫਿਰਨੇ ਹਾਂ ਜੋਲੀ ਖਾਲੀ ਓ ਰੱਬਾ ਖੈਰ ਓ ਸੋਹਣੇ ਅੱਲਾ ਖੈਰ ਇਹਨਾਂ ਸਾਰਿਆਂ ਦੀ ਝੋਲੀ ਪਾ ਦੇ ਤੇ ਥੋੜ ਤੈਨੂੰ ਕਿਹੜੀ ਗੱਲ ਦੀ ਅੱਲਾ ਸਭ ਨੂੰ ਮੱਕਾ ਮਦੀਨਾ ਵਿਖਾਏ ਅੱਲਾ ਉੱਥੇ ਖੜਿਆਂ ਕਰਕੇ ਜ਼ਮ ਜ਼ਮ ਨਸੀਬ ਫਰਮਾਏ ਉੱਤੋਂ ਬਾਅਦ ਆਉਂਦੀ ਮੇਰੇ ਘਰ ਆ ਗਏ ਹੈ ਇੱਥੇ ਕੋ ਪਾਣੀ ਵੀ ਹੈਗਾ ਹੀ ਹੱਥੀ ਫਲ ਹੈ ਜਿਹੜਾ ਵੀ ਨੇਕ ਕੰਮ ਦਾ ਸੋਚ ਕੇ ਘੁੱਟ ਲਾਏਗਾ ਉਹ ਕੰਮ ਪੂਰਾ ਕਰ ਦਿਆਂਗਾ ਇਹ ਪਾਣੀ ਉਹ ਬੈ ਸ਼ਾਨ ਤੇ ਬੈ ਤੁੱਲਾ ਦੀ ਆਖਿਆ ਇੱਥੇ ਕੋ ਪੱਥਰ ਵੀ ਏ ਉਹਨੂੰ ਚੁੰਮ ਲੈ ਜੇ ਨਹੀਂ ਤੇ ਹੱਥ ਨਾਲ ਇਸ਼ਾਰਾ ਕਰ ਲੈ ਅਸੀਂ ਚੁੰਮੇਗਾ ਇਸ਼ਾਰਾ ਕਰੇਗਾ ਤੇਰੇ ਅੰਦਰੋਂ ਸਾਰੇ ਗੁਨਾਹ ਹੀ ਚੂਸ ਲਵੇਗਾ ਉਹਨੂੰ ਹਜਰੇ ਅਸਵਦ ਆਖਿਆ ਜਾਂਦਾ ਹਜਰੇ ਅਸਵਦ ਨੂੰ ਕਿਸੇ ਨੇ ਸਵਾਲ ਕੀਤਾ ਕਵੋ ਸੁਭਾਨ ਅੱਲਾ ਫਿਰ ਕਵੋ ਸੁਭਾਨ ਅੱਲਾ ਹਜਰੇ ਅਸਵਦ ਨੂੰ ਕਿਸੇ ਨੇ ਸਵਾਲ ਕੀਤਾ ਤੇਰਾ ਰੰਗ ਕਿਉਂ ਇੰਨਾ ਕਾਲਾ ਏ ਤੇਰੇ ਅੰਦਰ ਕਿਹੜੀ ਖੂਬੀ ਏ ਤੈਨੂੰ ਹਰ ਕੋਈ ਚੁੰਮਣ ਵਾਲਾ ਏ ਤੇਰੇ ਅੰਦਰ ਕਿਹੜੀ ਖੂਬੀ ਏ ਤੈਨੂੰ ਹਰ ਕੋਈ ਚੁੰਮਣ ਵਾਲਾ ਏ ਹਜਰੇ ਅਸਵਦ ਮੋੜ ਅੱਗੋਂ ਜਵਾਬ ਦਿੱਤਾ ਮੇਰੀ ਸ਼ਾਨ ਵੀ ਤੇ ਸਭ ਤੋਂ ਆਲਾ ਏ ਮੈਨੂੰ ਸਾਰੀ ਦੁਨੀਆ ਤਾਂ ਚੁੰਮਦੀ ਮੈਨੂੰ ਚੁੰਮ ਗਿਆ ਕਮਲੀ ਵਾਲਾ ਏ ਮੈਨੂੰ ਸਾਰੀ ਦੁਨੀਆ ਤਾਂ ਚੁੰਮਦੀ ਮੈਨੂੰ ਚੁੰਮ ਗਿਆ ਕਮਲੀ ਵਾਲਾ ਏ ਜਿਹੜੀ ਸ਼ੈ ਨੂੰ ਮੇਰਾ ਸੋਹਣਾ ਹੱਥ ਲਾਵੇ ਅਤੇ ਹੌਂਡ ਲਾਵੇ ਉਹਦੀ ਸ਼ਾਨ ਦਾ ਕਿਵੇਂ ਅੰਦਾਜ਼ਾ ਲਾਓਗੇ ਉਹਦੀ ਸ਼ਾਨ ਦਾ ਕਿਵੇਂ ਅੰਦਾਜ਼ਾ ਲਾਓਗੇ ਅੱਲਾ ਇਹ ਜਿੰਨੇ ਬੈਠੇ ਨੇ ਮੇਰੀ ਦਰਦੇ ਦਿਲ ਨਾਲ ਦੁਆ ਏ ਅੱਲਾ ਮੌਤ ਤੋਂ ਪਹਿਲਾਂ ਪਹਿਲਾਂ ਅੱਲਾ ਸਾਨੂੰ ਸਾਰਿਆਂ ਨੂੰ ਬੈਤੁੱਲਾ ਦਾ ਤਵਾਫ ਨਸੀਬ ਫਰਮਾ ਦੇ
ਬੰਦਾ ਤਵਾਫ ਕਰਦਾ ਬੈਤੁੱਲਾ ਦਾ, ਆਪੇ ਸੋਚੋ ਵੀ ਕਿਹਾ ਮੰਜ਼ਰ ਹੋਵੇਗਾ, ਦੱਸਣ ਦੀ ਲੋੜ ਹੀ ਕੋਈ, ਆਪੇ ਸੋਚੋ ਹਾਂ ਮੰਦਰ ਕਿਹਾ ਹੋਵੇਗਾ। ਜਿਸ ਟਾਈਮ ਬੰਦਾ ਅੱਲਾ ਦੇ ਘਰ ਦਾ ਤਵਾਫ ਕਰਦਾ, ਬੰਦਾ ਬੈਤੁੱਲਾ ਨੂੰ ਵੇਂਹਦਾ, ਕਸਮੇ ਜੋ ਮਜ਼ਾ ਤੇ ਨਜ਼ਾਰਾ ਖਾਨੇ ਕਾਬਾ ਨੂੰ ਵੇਖਿਆ ਆਉਂਦਾ, ਦੁਨੀਆਂ ਦੀ ਕਿਸੇ ਸ਼ੈ ਅੰਦਰ ਓਨੀ ਲੱਜ਼ਤ ਤੇ ਸਕੂਨ ਨਹੀਂ ਜਿੰਨਾ ਬੈਤੁੱਲਾ ਨੂੰ ਵੇਖਿਆ ਦਿਲ ਠਰਦਾ। ਬਾਬਾ ਜੀ ਸ਼ਮਸ਼ਾਮ ਆਖਰੀ ਵਾਰਾਂ ਗਏ, ਵਾਕਈ ਕਸਮੇ ਬਾਬੇ ਸ਼ਮਸ਼ਾਮ ਨੇ ਸਹੀ ਕੈਮਰਾ ਮਾਰਿਆ, ਬਾਹਰ ਆਉਣ ਲੱਗੇ। ਹਾਜੀ ਸਾਹਿਬ ਬਾਬਾ ਜੀ ਦਾ ਵੀਜ਼ਾ ਮੁੱਕਿਆ ਪਿਆ ਸੀ, ਟਿਕਟ ਖਤਮ ਹੋ ਗਈ ਸੀ, ਵਾਪਸ ਫਿਰ ਆਉਣਾ ਹੀ ਆਉਣਾ ਸੀ। ਬਾਬਾ ਜੀ ਦਾ ਦਿਲ ਨਾ ਪਿਆ ਕਰੇ ਵੀ ਬੁੱਢਾ ਹੋ ਗਏ ਹਾਂ, ਹੋਰੇ ਮੈਂ ਫਿਰ ਆਵਾਂ ਕਿ ਨਹੀਂ ਆਉਣਾ, ਹੋਰ ਵੇਖ ਲਵਾਂ ਬੈਤੁੱਲਾ ਨੂੰ। ਬਾਬੇ ਸ਼ਮਸ਼ਾਮ ਉਰੀ ਬੈਤੁੱਲਾ ਨੂੰ ਕਦੀ ਵੇਖਣ ਕਦੀ ਵੀਜ਼ਾ ਵੇਖਣ ਰੋ ਪੈਣ, ਅਖੀਰ ਨਾ ਵੇਖ ਵੇਖ ਕੇ ਵੀਜ਼ਾ ਤੇ ਬੈਤੁੱਲਾ ਨਾ ਫਿਰ ਹੱਥ ਉਠਾ ਲੈ, ਖੜੇ ਉੱਥੇ ਦੁਆ ਮੰਗਣ ਲੱਗ ਪਏ। ਪਤਾ ਕੀ ਆਉਂਦੇ ਨੇ, ਆਉਂਦੇ ਨੇ ਅੱਲਾ ਸ਼ਾਏ ਦੇ ਹੁਣ ਮੈਥੋਂ ਆਇਆ ਨੀ ਜਾਣਾ, ਬੁੱਢਾ ਬਦਨ ਹੋ ਗਿਆ ਕਮਾਇਆ ਨੀ ਜਾਣਾ। ਉਮਰ ਦੀ ਵੀ ਗੱਲ ਨਹੀਂ, ਕੀ ਪਤਾ ਲੱਗਦਾ। ਇੱਕ ਬੰਦਾ ਨਾ ਸਾਡੇ ਤੋਂ ਪਹਿਲਾਂ, ਅਗਲੀ ਵਾਰੀ ਜਦੋਂ ਮੈਂ ਵਾਪਸ ਆ ਰਿਹਾ ਸੀ ਨਾ, ਜਵਾਨ ਸੀ, ਉੱਚਾ ਲੰਮਾ, ਉਮਰਾਂ ਕਰਕੇ ਵਾਪਸ ਆ ਰਿਹਾ ਸੀ, ਲਾਹੌਰ ਏਅਰਪੋਰਟ 'ਤੇ ਉਹਨੇ ਉਤਰਨਾ ਸੀ। ਉਹਦੇ ਯਾਰ ਅਤੇ ਬੇਲੀ, ਉਹਦੇ ਭਰਾ ਪੁੱਤਰ ਫੁੱਲਾਂ ਦੇ ਹਾਰ ਲੈ ਕੇ ਨਾ ਖੜੇ ਨੇ ਬਾਹਰ, ਵੀ ਅੱਬੋ ਆਏਗਾ ਭਰਾ ਆਏਗਾ ਪਾ ਕੇ ਅਤੇ ਲਿਆਵਾਂਗੇ। ਹੁਣ ਚੂੰਕਿ ਜਹਾਜ਼ ਵਿੱਚ ਨਾ ਟੈਲੀਫੋਨ ਨਹੀਂ ਹੁੰਦਾ, ਜਹਾਜ਼ 'ਚ ਨਾ ਟੈਲੀਫੋਨ ਨਹੀਂ ਚੱਲਦੇ, ਉਹ ਅੱਲਾ ਵਾਲਾ ਰਾਹ 'ਚ ਆਉਂਦਾ ਹੀ ਫੌਤ ਹੋ ਗਿਆ ਸੀ। ਉਹ ਪੁੱਤਰ ਅਤੇ ਭਰਾ ਨਾਲ ਝਾਤੀਆਂ ਮਾਰਦੇ ਸੀ, ਕਿੱਧਰੋਂ ਅੱਬੂ ਬਾਹਰ ਆਉਂਦਾ, ਭਰਾ ਕਿੱਧਰੋਂ ਬਾਹਰ ਆਉਂਦਾ। ਉਹਦੇ ਕਾਗਜ਼ਾਤ ਪੂਰੇ ਕਰਕੇ ਉਹਨੂੰ ਫੱਟੇ 'ਤੇ ਪਾ ਕੇ ਉਵੇਂ ਉਹਦਾ ਉਹਦੀ ਮਈਅਤ ਅੰਦਰੋਂ ਬਾਹਰ ਕੱਢੀ ਜਾ ਰਹੀ ਸੀ। ਹੁਣ ਜਿਹੜੇ ਜੋ ਭਰਾ ਬੇਲੀ ਫੁੱਲ ਲੈ ਕੇ ਗਲ 'ਚ ਪਾਉਣ ਲਈ ਖੜ੍ਹੇ ਸੀ, ਦਿਲ 'ਤੇ ਕੀ ਬੀਤੀ ਹੋਏਗੀ। ਇਹ ਨਿਜ਼ਾਮੇ ਕੁਦਰਤ ਇਵੇਂ ਹੋ ਜਾਂਦਾ, ਪਤਾ ਨਹੀਂ ਖੋਰੇ ਬੰਦੇ ਨੇ ਮੁੜ ਕੇ ਉੱਥੇ ਦੁਬਾਰਾ ਜਾਣਾ ਕਿ ਨਹੀਂ ਜਾਣਾ, ਇਹ ਕੁਦਰਤੀ ਗੱਲ ਹੈ। ਬਾਬੇ ਸ਼ਮਸ਼ਾਮ ਨੇ ਸਹੀ ਕਸਮੇ ਨਕਸ਼ਾ ਖਿੱਚੀ ਹੈ। ਆਉਂਦੇ ਨੇ ਅੱਲਾ ਸ਼ਾਏ ਦੇ ਹੁਣ ਮੈਥੋਂ ਆਇਆ ਨੀ ਜਾਣਾ, ਐ ਬੁੱਢਾ ਬਦਨ ਹੋ ਗਿਆ ਕਮਾਇਆ ਨੀ ਜਾਣਾ, ਜਹਾਜ਼ਾਂ ਦਾ ਖਰਚਾ ਬਣਾਇਆ ਨੀ ਜਾਣਾ, ਪਰ ਛਿੰਦਾ ਦਿਲ ਵੀ ਤੇ ਮੈਥੋਂ ਮਨਾਇਆ ਨੀ ਜਾਣਾ, ਇਹ ਜਦੋਂ ਵੇਂਦਾ ਏ ਕਰਦੇ ਹੱਜ ਦੀ ਤਿਆਰੀ, ਅੱਗੋਂ ਖੰਭ ਲਾਵਾਂ ਕਿਸ ਦੇ ਤੇ ਮਾਰਾਂ ਉਡਾਰੀ, ਇਹ ਨੋਰੀ ਜਮਕੇ ਮਦੀਨੇ ਦੀ ਬਾਰੀ ਵਾਲਾਵਾਂ
ਤਾਂ ਕਿਵੇਂ ਵਲਾਇਆ ਨਹੀਂ ਜਾਣਾ ਅੱਲਾ ਪੇ ਮੇਰੇ ਤੇ ਇੱਕ ਇਹਸਾਨ ਕਰ ਦੇ ਮੇਰੇ ਮੱਕੇ ਰਹਿਣ ਦੇ ਇੰਤਜ਼ਾਮ ਕਰ ਦੇ ਹੁਕੂਮਤ ਰਿਆਇਆ ਨੂੰ ਇਹ ਫਰਮਾਨ ਕਰ ਦੇ ਇਸ ਨੂੰ ਨਾ ਕੱਢੋ ਇਸ ਤੋਂ ਜਾਇਆ ਨਹੀਂ ਜਾਣਾ ਬੁੱਢਾ ਬਦਨ ਹੋ ਗਿਆ ਕਮਾਇਆ ਨਹੀਂ ਜਾਣਾ ਵਾ ਆਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ ਇਨਸ਼ਾਅੱਲਾ ਫਿਰ ਦੁਬਾਰਾ ਕਦੀ ਆਏ ਤੇ ਤੁਹਾਨੂੰ ਇਸ ਤੋਂ ਅੱਗੇ ਗੱਲ ਚਲਾਵਾਂਗੇ ਅੱਜ ਗੱਲ ਕੀਤੀ ਹੈ ਮੱਕੇ ਦੀ ਅਤੇ ਅਗਲੇ ਫੇਰੇ ਮਦੀਨੇ ਦੀ ਇਨਸ਼ਾਅੱਲਾ ਅੱਲਾ ਆਮੀਨ ਅੱਲਾ ਤੁਹਾਨੂੰ ਵੀ ਮੱਕਾ ਮਦੀਨਾ ਵਾਰ ਵਾਰ ਵਿਖਾਏ ਅੱਲਾ ਮੈਨੂੰ ਵੀ ਸਾਰੇ ਬਈ ਦੁਆ ਫਰਮਾਓ ਗਰਮੀ ਵਿੱਚ ਠੰਡੇ ਪਾਣੀ ਵਾਸਤੇ ਕੂਲਰ ਲਿਆਉਣੇ ਨੇ ਤੀਹ ਹਜ਼ਾਰ ਦਾ ਕੂਲਰ ਇੱਕ ਹੀ ਲਿਆਉਣੇ ਕਿੰਨੇ ਕੂਲਰ ਨੇ ਤੀਹ ਹਜ਼ਾਰ ਦਾ ਲੈ ਵੀ ਮਸਜਿਦ ਭਰੀ ਵੇਖੋ ਮਾਸ਼ਾ ਤੁਹਾਡੇ 'ਚ ਕੋਈ ਅੱਲਾ ਦਾ ਐਸਾ ਬੰਦਾ ਬੈਠਾ ਜਿਹੜਾ ਰੱਬ ਨਾਲ ਜੰਨਤ ਦਾ ਸੌਦਾ ਮਾਰਨਾ ਚਾਹੁੰਦਾ ਵੀ ਮੈਂ ਕੂਲਰ ਇਕੱਲਾ ਹੀ ਦਿਆਂਗਾ ਅੱਲਾ ਉਹਦੀ ਕਬਰ ਠੰਡੀ ਕਰ ਦੇਵੇ ਤੀਹ ਹਜ਼ਾਰ ਦਾ ਅੱਜ ਕੱਲ੍ਹ ਕੀ ਆਉਂਦਾ ਇਹ ਤੁਹਾਡੇ ਮੁੰਡਿਆਂ ਕੋਲ ਨਾ ਜਿਹੜੇ ਮੋਬਾਈਲ ਨੇ ਉਹ ਪੰਜਾਹ ਹਜ਼ਾਰ ਦੇ ਨੇ ਕੋਈ ਇੱਕ ਬੰਦਾ ਆਉਂਦਾ ਵੀ ਮੈਂ ਅੱਲਾ ਦੇ ਘਰ 'ਚ ਕੂਲਰ ਦਿਆਂਗਾ ਅਤੇ ਇਨਸ਼ਾਅੱਲਾ ਅੱਲਾ ਉਹਨੂੰ ਦੁਨੀਆ 'ਤੇ ਵੀ ਇੰਨਾ ਦੇਵੇਗਾ ਅੱਲਾ ਉਹਦੀ ਕਬਰ ਵੀ ਠੰਡੀ ਕਰੇਗਾ ਕੋਈ ਮੇਰਾ ਭਰਾ ਖਲੀਮਾ ਕਰਦਾ ਭਰੇ ਮਜਮੇ 'ਚ ਅੱਲਾ ਵੇਂਦਾ ਪਿਆ ਫਰਿਸ਼ਤਿਆਂ ਨੇ ਫੌਰੀ ਨਾਂ ਲਿਖਣਾ ਲੈ ਵੀ ਯਾ ਅੱਲਾ ਆਹ ਤੇਰਾ ਬੰਦਾ ਬੋਲਿਆ ਸੀ ਖੜਾ ਹੋ ਜਾਈ ਸਭ ਖੜੇ ਹੋ ਲਓ ਜੀ ਇੱਕ ਬੰਦਾ ਉੱਠ ਬੈਠਾ ਮਾਸ਼ਾ ਹਾਂਜੀ ਹੋਰ ਕੁਛ ਲਿਆਉਣਾ ਇਸ ਸਭ ਕੇ ਬਸ ਬਸ ਇੰਨੀ ਗੱਲ ਤੁਹਾਨੂੰ ਪਤਾ ਨਹੀਂ ਇਮਾਨ ਵਾਲੇ ਬੈਠੇ ਨੇ ਇਹ ਜਾਨਾਂ ਦੇਣ ਵਾਲੇ ਬੈਠੇ ਨੇ ਇਹ ਇਮਾਨ ਵਾਲੇ ਬੈਠੇ ਨੇ ਆ ਜ਼ਮੀਨ ਐਵੇਂ ਨਹੀਂ ਖੜੀ ਆਸਮਾਨ ਐਵੇਂ ਨਹੀਂ ਖੜਾ ਵੇਖਿਓ ਹਾਜੀ ਸਾਹਿਬ ਨੇ ਖੜਿਆ ਫੌਰੀ ਮੰਗ ਉਹਨੇ ਸੌਦਾ ਮੈਂ ਮਾਰਨਾ ਬਈ ਹੁਣ ਮਸਜਿਦ ਵਾਸਤੇ ਪੈਸੇ ਰਹਿਣ ਦਿਓ ਹੁਣ ਬਸ ਪੈਸੇ ਨਹੀਂ ਮਸਜਿਦ ਵਾਸਤੇ ਦੁਆ ਕਰਨੀ ਜਜ਼ਾਕ ਅੱਲਾ ਬਸ ਆ ਗਏ ਨੇ ਜੋ ਭਾਈ ਰਮਜ਼ਾਨ ਭਾਈ ਰਮਜ਼ਾਨ ਦੇ ਵਾਲਦੇ ਮੋਹਤਰਮ ਵਾਸਤੇ ਦੁਆ ਫਰਮਾਓ ਇੱਕ ਸਾਥੀ ਕਹਿ ਰਿਹਾ ਮੇਰਾ ਮਾਮੂ ਬਿਮਾਰ ਹੈ ਅੱਲਾ ਸ਼ਿਫਾ ਅਤਾ ਫਰਮਾਏ ਜਿੰਨੇ ਬਈ ਬਿਮਾਰ ਨੇ ਅੱਲਾ ਸ਼ਿਫਾ ਅਤਾ ਫਰਮਾਏ ਸਾਰੇ ਬਈ ਦੁਆ ਫਰਮਾਓ ਬਿਸਮਿਲ੍ਲਾਹਿ ਰਹਿਮਾਨ ਰਹੀਮ ਅੱਲਾਹੁਮ ਸੱਲੀ ਅਲਾ ਮੁਹੰਮਦ ਵਾ ਅਲਾ ਅਲੀ ਮੁਹੰਮਦ ਕਮਾ ਸੱਲੀ ਤਾ ਇਬਰਾਹੀਮ ਵਾ ਅਲਾ ਅਲੀ ਇਬਰਾਹੀਮ ਇਨਕ ਹਮੀਦੁਮ ਮਜੀਦ اللهم بارك على محمد وعلى آل محمد كما باركت على ابراهيم وعلى آل ابراهيم انك حميد مجيد اللهم اغفر لحينا وميتنا وشاهدنا وغائبنا
ਮੇਰੇ ਸੋਹਣੇ ਅੱਲਾਹ ਸਾਡੇ ਜਿੰਨੇ ਵੀ ਜ਼ਿੰਦਾ ਨੇ ਉਹਨਾਂ ਨੂੰ ਵੀ ਮੁਆਫ਼ ਫਰਮਾ, ਜਿੰਨੇ ਸਾਡੇ ਮੁਸਲਮਾਨ ਫੌਤ ਹੋ ਗਏ ਨੇ ਉਹਨਾਂ ਨੂੰ ਵੀ ਮੁਆਫ਼ ਫਰਮਾ। ਮੇਰੇ ਸੋਹਣੇ ਅੱਲਾਹ ਇਹ ਜਿੰਨੇ ਮੇਰੇ ਭਰਾ ਬਜ਼ੁਰਗ ਬੱਚੇ ਜਵਾਨ ਆਏ ਨੇ ਇਹਨਾਂ ਸਾਰਿਆਂ ਨੂੰ ਮੱਕਾ ਮਦੀਨਾ ਵਖਾ। ਮੇਰੇ ਅੱਲਾਹ ਜੀ ਬਾਰ ਬਾਰ ਮਦੀਨਾ ਵਖਾ। ਇਹ ਜਿੰਨੇ ਮੇਰੇ ਵੀਰ ਆਏ ਨੇ ਕਾਰੋਬਾਰ ਅੰਦਰ ਬਰਕਤ ਫਰਮਾ, ਰਿਜ਼ਕੇ ਹਲਾਲ ਨਾਲ ਮਾਲਾ ਮਾਲ ਫਰਮਾ। ਅੱਲਾ ਜਿੰਨੇ ਮੇਰੇ ਵੀਰ ਆਏ ਨੇ ਇਹਨਾਂ ਵਿੱਚੋਂ ਜਿਨ੍ਹਾਂ ਦੇ ਵੀ ਅੰਮੀ ਅੱਬੂ ਜ਼ਿੰਦਾ ਨੇ ਤੰਦਰੁਸਤੀ ਵਾਲੀ ਜ਼ਿੰਦਗੀ ਅਤਾ ਫਰਮਾ, ਜਿਨ੍ਹਾਂ ਦੇ ਅੰਮੀ ਅੱਬੂ ਫੌਤ ਹੋਏ ਨੇ ਅੱਲਾ ਜੀ ਕਬਰਾਂ ਹੱਦ ਨਿਗਾਹ ਵਸੀ ਫਰਮਾ। ਅੱਲਾ ਜੀ ਜਿਨ੍ਹਾਂ ਦੇ ਵੀ ਮਾਂ ਬਾਪ ਫੌਤ ਹੋਏ ਨੇ ਅੱਲਾ ਜੀ ਕਬਰਾਂ ਹੱਦ ਨਿਗਾਹ ਵਸੀ ਫਰਮਾ। ਮੇਰੇ ਸੋਹਣੇ ਅੱਲਾ ਇਹ ਜਿੰਨੇ ਮੇਰੇ ਵੀਰ ਆਏ ਨੇ ਇਹਨਾਂ ਵਿੱਚੋਂ ਜਿਹਦੇ ਕੋਲ ਵੀ ਔਲਾਦ ਨਹੀਂ ਅੱਲਾ ਜੀ ਨੇਕ ਅਤੇ ਸਾਲਿਆ ਬੇਟਾ ਅਤਾ ਫਰਮਾ। ਅੱਲਾ ਜਿਨ੍ਹਾਂ ਕੋਲ ਔਲਾਦ ਹੈ ਵੀ ਮਾਂ ਬਾਪ ਦੀਆਂ ਅੱਖਾਂ ਦੀ ਠੰਡਕ ਬਣਾ। ਅੱਲਾ ਜੀ ਐਸ ਮਸਜਿਦ ਦੀ ਇੰਤਜ਼ਾਮੀਆਂ ਇੱਥੋਂ ਦੇ ਨਮਾਜ਼ੀ ਜਿੰਨੇ ਵੀ ਤੇਰੇ ਐਸ ਤੇਰੇ ਬੰਦੇ ਐਸ ਘਰ ਨੂੰ ਆਬਾਦ ਕਰਨਾ ਚਾਹੁੰਦੇ ਨੇ ਅੱਲਾ ਜੀ ਉਹਨਾਂ ਦੇ ਘਰਾਂ ਨੂੰ ਆਬਾਦ ਫਰਮਾ। ਅੱਲਾ ਜੀ ਉਹਨਾਂ ਦੇ ਘਰਾਂ ਨੂੰ ਆਬਾਦ ਫਰਮਾ। ਅੱਲਾ ਜੀ ਅਸੀਂ ਬੜੇ ਗੁਨਹਗਾਰਾਂ ਬੜੇ ਸਿਆਕਾਰਾਂ, ਅੱਲਾ ਜੀ ਸਾਡੇ ਹਾਲ 'ਤੇ ਰਹਿਮ ਫਰਮਾ, ਅੱਲਾ ਜੀ ਸਾਨੂੰ ਮੁਆਫ਼ ਫਰਮਾ। ਸਾਡੇ ਬਾਈ ਹਾਜੀ ਅਬਦੁਲ ਸਮੀਦ ਸਾਹਿਬ ਦੇ ਵਾਲਦੇ ਮੁਹਤਰਮ ਦੀ ਕਬਰ ਅੱਲਾ ਹੱਦ ਨਿਗਾਹ ਵਸੀ ਫਰਮਾ। ਅੱਲਾ ਕਰੀਮ ਜਿਨ੍ਹਾਂ ਦੇ ਵੀ ਅੰਮੀ ਅੱਬੂ ਟੁਰ ਗਏ ਨੇ ਅੱਲਾ ਕਬਰਾਂ ਨੂਰ ਨਾਲ ਮੁਨੱਵਰ ਫਰਮਾ, ਰੱਖੀ ਵੀ ਸ਼ਾਨ ਨਾਲ ਅਤੇ ਮਾਰੀ ਵੀ ਸ਼ਾਨ ਨਾਲ। ਅੱਲਾ ਸਾਨੂੰ ਹਰ ਕਿਸਮ ਦੀ ਅਜ਼ਮਾਇਸ਼ ਕੋਲੋਂ ਮਹਿਫੂਜ਼ ਫਰਮਾ, ਹਰ ਕਿਸਮ ਦੀ ਬਿਮਾਰੀ ਕੋਲੋਂ ਮਹਿਫੂਜ਼ ਫਰਮਾ, ਹਰ ਕਿਸਮ ਦੇ ਦੁੱਖ ਕੋਲੋਂ ਮਹਿਫੂਜ਼ ਫਰਮਾ। ਵਸੱਲੱਲਾਹੁ ਤਾਲਾ ਖੈਰ ਖਲਕਿਹੀ ਮੁਹੰਮਦ ਵਾਲਿਹੀ ਵਸਹਾਬਿਹੀ ਵਾਹਲਿ ਬੈਤਿਹੀ ਵਜ਼ੁਰੂਰੀਆਤਿਹੀ ਅਜਮਾਈਨ ਬਿਰਹਮਤਿਕ ਯਾ ਅਰਹਮ।